ਰਿਕੁਆਇਰਮੈਂਟ ਜੇ ਰਿਕੁਆਇਰਮੈਂਟ ਹਾਂਜੀ ਇਹਦੀ ਕਿਹਦੀ ਆ ਕਹਾਣਾ ਉਹਦੀ ਆ ਬਾਹਰੋਂ ਵਿਖਾ ਦਿਓ ਇੱਥੋਂ ਦੂਰੇ ਵਿਖਾ ਕੇ ਨਾ ਮੇਰੇ ਦਰਬਾਰ ਸਾਹਿਬ ਦਾ ਨਾਲ ਆਇਆ ਗੇਟ ਵਿਖਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੀ ਖਾਤਰ ਵੱਖ ਵੱਖ ਜੇਲਾਂ ਵਿੱਚੋਂ ਨਜ਼ਰ ਬਣ ਜੋ ਉਮਰ ਕੈਦ ਤੋਂ ਵੀ ਵੱਧ ਸਿਆਣ ਹੋ ਚੁੱਕੇ ਹਨ ਅਤੇ ਅਨੇਕਾਂ ਹੋਰ ਸਿੰਘ ਜੋ ਲੰਮੇ ਸਮੇਂ ਤੋਂ ਜੇਲਾਂ ਦੀਆਂ ਕਾਲ ਕੋਠੀਆਂ ਵਿੱਚ ਆਜੋ ਨਾਲ ਆਜੋ
ਹਾਈ ਸਾਹਿਬ ਨੇ ਵੀ ਹਾਈ ਸਰ ਆਜੋ 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 ਤਾਂ ਤੂੰ ਕਹਿੰਦਾ ਗੱਡੀ ਚੱਲਦੀ ਨਹੀਂ ਆਜੋ ਜੋ ਪ੍ਰਸ਼ਾਦਾ ਪਾਣੀ ਤੁਸੀਂ ਛਕਾਉਂਦੇ ਰਹਿ ਕੇ ਆਜੋ ਆਜੋ ਚਲੋ ਇੱਕ ਕਰਨੇ ਫਿਰ ਕਰ ਲੈਣ ਗਿਆ ਕਿ ਸੂਟਣ ਦੀ ਖੁਸ਼ੀ ਤੇ ਬੈਠ ਗਿਆ ਹਾਂਜੀ ਸਾਹਮਣੇ ਵੀਰ ਜੀ ਹਾਂਜੀ ਸਾਹਮਣੇ ਵੀਰੇ ਏਟ ਹਾਂਜੀ ਹਾਂਜੀ ਲਓ ਜੀ ਆਜੋ ਆਜੋ ਕੀ ਸਰ ਆਜੋ ਜੀ ਇੱਧਰ ਜੀ ਆਓ ਭਾਅ ਜੀ ਥੋੜ੍ਹਾ ਨਾਲ ਹੋ ਜੀ ਸਰ ਜੀ ਵੀਰ ਜੀ ਥੋੜ੍ਹਾ ਥੋੜ੍ਹਾ ਨਾਲ ਹੋ ਜੀ ਹਾਂਜੀ ਆਜੋ ਭਾਅ ਜੀ ਨਾਲ ਹਾਂਜੀ ਸਰ ਇਹ ਸਾਹਮਣੇ ਹਾਂਜੀ ਭਾਅ ਜੀ ਇੱਧਰ ਥੈਂਕ ਯੂ ਆਓ ਚਲੋ ਲੈ ਚੱਲਦਾ ਰਹਿਣ ਤੋਂ ਕੈਮਰਾ ਚੱਲੀ ਚੱਲਦਾ ਚੱਲਦਾ ਲਾਈਵ ਚੱਲੂ ਚੱਲਦਾ ਚੱਲਦਾ ਬੈਠੋ 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 ਬੈਠੋ
ਚਾਰ ਪਾਣੀ ਦੇ ਵਾਹਿਗੁਰੂ ਜੀ ਕਾ ਖਾਲਸਾ ਆਪਣੇ ਆ ਗਏ ਮੋਟਰ ਤੇ ਸੀ ਸਰ ਨਿਕਲ ਗਿਆ ਜਾਣਾ ਕਿਤੇ ਉਹਨਾਂ ਕਿਹਾ ਯਾਰਾਂ ਵਾਲੇ ਥੱਲੇ ਆ ਗਿਆ ਬੈਂਕ ਦੇ ਜਾਣਾ ਇੱਥੇ ਆਉਣਾ ਕਿਸ ਸੈਕਟਰੀ ਨੇ ਹੁਣ
ਕੀਤਾ ਫੋਨ ਆ ਰਹੇ ਭਾਜੀ ਤੁਸੀਂ ਯਾਦ ਕਰ ਲੋ ਕੀ ਕਹਿਣਾ ਉੱਥੇ ਟਾਈਮ ਤੁਹਾਨੂੰ ਦੇਣਾ ਉੱਥੇ ਦੂਰ ਬਹਿ ਗਏ ਤੇ ਜਾ ਕੇ ਕੀ ਗੱਲ ਕਿਉਂਕਿ ਬਲਦੇਵ ਸਿੰਘ ਸਰਸਾ ਦਾ ਇੱਕ ਬੰਦਾ ਹੋਣਾ ਉਹ ਆਪ ਨੀ ਆ ਰਿਹਾ ਤੇ ਨਹਿਰਾ ਉਹਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਲੋਕਾਂ ਨੇ ਉਹ ਤੁਸੀਂ ਘੇੜਦੇ ਹੋ ਹਨਾ ਵੈਸੇ ਵਿਜੇ ਸਿੰਘ ਸਕੱਤਰ ਸਭ ਕੁਝ ਲਿਖਾਇਆ ਹੋਇਆ ਚੱਲ ਕੋਈ ਗੱਲ ਨੀ ਕਿਤੇ ਵਰਦੀਆਂ ਨਹੀਂ ਉਹ ਕਾਊਂਟਡ ਕਰਦਾ ਬਾਜੋ ਤੁਸੀਂ ਨਹੀਂ ਹਾਂਜੀ ਹਾਂਜੀ ਕੋਈ ਸਿਲੰਡਰ ਆਪਾਂ ਕਰ ਲਈਏ ਪਹਿਲਾਂ ਇੱਥੇ ਆ ਲਓ ਫਿਰ ਅੱਗੇ ਆ ਲਓ ਹਾਂਜੀ ਹਾਂਜੀ ਇਹ ਦੇਖੋ ਹਾਂਜੀ ਪਿੱਛੇ ਹਾਂਜੀ ਜੀ ਹਾਂਜੀ ਹਾਂਜੀ
ਜੋੜੇ ਸੈੱਟ ਕਰ ਠੀਕ ਹੈ ਹੈਲੋ ਹਾਂਜੀ ਇੱਧਰ ਨੂੰ ਗਰੁੱਪ ਬਣਿਆ ਸੀ ਨਾ ਤਾਂ ਕਰਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਰੁੱਪ ਵਾਲਾ ਤਾਂ ਕਰਕੇ ਹਾਂਜੀ ਹਾਂਜੀ ਵਧੀਆ ਜੀ
ਹਾਂਜੀ Thank you.
ਹਾਂਜੀ ਹਾਂਜੀ ਬੜਾ ਲੰਮਾ ਸਮਾਂ ਬਹੁਤ ਹਾਂਜੀ ਬੋਲੋ ਚਲ ਬਾਬਾ ਜੀ ਬਾਬਾ ਜੀ ਦੋ ਮਿੰਟ ਬਨਾਰਸ ਗਿਆ ਚਲ ਵੀ ਰਜੀਤ ਸਿੰਘ ਬਹੁਤ ਸਤਿਕਾਰਯੋਗ ਸਾਡੇ ਪਹਿਲਾਂ ਇੰਚਾਰਜ ਆਇਆ ਸੀ, ਰਹਿ ਚੁੱਕੇ ਨੇ ਭਾਈ ਕੁਲਦੀਪ ਸਿੰਘ ਜੀ ਰੋਡੇ, ਅੱਜ ਕੱਲ੍ਹ ਉਹ ਮੀਤ ਸਕੱਤਰ ਨੇ, ਸਰਦਾਰ ਬਲਜੀਤ ਸਿੰਘ ਜੀ, ਇੰਚਾਰਜ ਸਾਹਿਬਾਨ ਬਲਜੀਤ ਸਿੰਘ ਜੀ ਬੁੱਟਰ, ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ। ਵਾਹਿਗੁਰੂ। ਅੱਜ ਇੱਕ ਨਵੀਂ ਜ਼ਿੰਦਗੀ, ਪੁਰਾਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ, ਨਵੀਂ ਜ਼ਿੰਦਗੀ 'ਚ ਪ੍ਰਵੇਸ਼ ਕਰ ਰਹੇ ਨੇ ਸਾਡੇ ਵੱਡੇ ਵੀਰ ਸਰਦਾਰ ਬਲਜੀਤ ਸਿੰਘ ਜੀ ਬੁੱਟਰ, ਜਿਨ੍ਹਾਂ ਦੀ ਕੁਰਬਾਨੀ ਨੂੰ ਆਪਾਂ ਹਮੇਸ਼ਾ ਸਲਾਮ ਕਰਦੇ ਹਾਂ, ਕਿਉਂ ਬੜੇ ਵਿਗੜੇ ਪੈਂਡੇ ਨਾਲ ਤੈਅ ਕਰਕੇ ਕੌਮ ਦੀ ਸੇਵਾ ਵਿੱਚ ਹਿੱਸਾ ਪਾਇਆ। ਅਸੀਂ ਇਹਨਾਂ ਨੂੰ ਸਲਾਮ ਕਰਦੇ ਇਸ ਗੱਲ ਦੀ ਵੀ ਕਿ ਸਾਡੇ ਤੋਂ ਇਹ ਅੱਜ ਸਾਨੂੰ ਜਿਹੜਾ ਵਿਛੋੜਾ ਦੇ ਰਹੇ, ਵਿਛੋੜਾ ਹੁੰਦਾ ਜਦੋਂ ਕਿਸੇ ਪਰਿਵਾਰ 'ਚੋਂ ਕੋਈ ਜੀ ਜਾਂਦਾ, ਇਹ ਜ਼ਿੰਦਗੀ ਨਵੀਂ ਸ਼ੁਰੂ ਕਰ ਰਹੇ ਹਾਂ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ, ਜਿਹੜੀ ਇਹ ਨਵੀਂ ਜ਼ਿੰਦਗੀ ਫਿਰ ਦੁਬਾਰਾ ਸ਼ੁਰੂ ਕਰ ਰਹੇ ਹਾਂ, ਗੁਰੂ ਰਾਮਦਾਸ ਜੀ ਇਹਨਾਂ ਨੂੰ ਹਿੰਮਤ ਬਖਸ਼ਣ, ਚੜ੍ਹਦੀ ਕਲਾ 'ਚ ਰੱਖਣ, ਆਉਣ ਵਾਲਾ ਸਮਾਂ ਵੀ ਜਿਹੜਾ ਇਹਨਾਂ ਦਾ ਖੁਸ਼ੀਆਂ ਭਰਿਆ ਖੇੜਿਆ ਭਰਿਆ ਹੋਵੇ। ਅਤੇ ਜੇ ਅਸੀਂ ਬਰਾਜ ਵੱਲੋਂ ਵੀ ਜੇ ਕੋਈ ਇਹਨਾਂ ਨੂੰ ਸਾਨੂੰ ਵੱਧ ਘੱਟ ਗੱਲ ਸਾਡੇ ਕੋਲ ਵੀ ਕਹੀ ਗਈ ਆ, ਜਾਂ ਇਹਨਾਂ ਵੀ ਕਦੇ ਖਾਸ ਮਕੌਜ ਕੀਤੀ ਆ, ਅਸੀਂ ਉਸ ਗੱਲ ਦੀ ਵੀ ਮਾਫ਼ੀ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਮੈਂ ਬੇਨਤੀ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਰੋਡੇ ਦੀ ਸਕੱਤਰ, ਉਹ ਦੋ ਮਿੰਟ ਵਾਸਤੇ ਆਪਣੇ ਵਿਚਾਰ ਪੇਸ਼ ਕਰ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਦੇ ਮੁੱਖ ਮਹਿਮਾਨ ਭਾਈ ਬਲਜੀਤ ਸਿੰਘ ਜੀ ਬੁੱਟਰ, ਜਿਨ੍ਹਾਂ ਦੀ ਅੱਜ ਰਿਟਾਇਰਮੈਂਟ ਹੈ, ਅਤੇ ਸਮੂਹ ਸਾਥੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਿਨ ਸਭ 'ਤੇ ਆਉਂਦੇ ਆ ਵੀ ਆਪਾਂ ਜਦੋਂ ਸਰਵਿਸ ਲੈਣੀ ਹੁੰਦੀ ਹੈ ਬੜੀ ਭੱਜ ਨੱਠ ਕਰਦੇ, ਅਤੇ ਜਦੋਂ ਸਰਵਿਸ ਮਿਲ ਜਾਂਦੀ ਬੜੇ ਚਾਅ ਹੁੰਦੇ ਆ ਵੀ ਅੱਜ ਸਰਵਿਸ ਮਿਲ ਗਈ, ਅਸੀਂ ਬੜੇ ਢੰਗ ਦੇ ਨਾਲ ਇਹਦੇ ਵਿੱਚ ਅੱਗੇ ਵਧਣਾ ਅਤੇ ਉਹ ਵਧੇ। ਇਸ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਸਰਵਿਸ ਕੀਤੀ ਸੀ ਉਹ ਫੌਜ ਦੇ ਵਿੱਚ ਕੀਤੀ ਸੀ, ਜਦੋਂ ਬਲਿਊ ਸਟਾਰ ਆਪਰੇਸ਼ਨ ਹੋਇਆ ਅਤੇ ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਵੀ ਜਦੋਂ ਆਪਣੀਆਂ ਬੈਰਕਾਂ ਛੱਡ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਉੱਥੋਂ ਆਏ, ਅਤੇ ਉਸ ਸਮੇਂ ਦੇ ਵਿੱਚ ਇਹਨਾਂ 'ਤੇ ਤਸ਼ੱਦਦ ਵੀ ਹੋਇਆ, ਇਹਨਾਂ ਨੇ ਜੇਲ੍ਹ ਵੀ ਕੱਟੀ, ਅਤੇ ਬੜਾ ਇਹਨਾਂ ਦਾ ਸੰਘਰਸ਼ ਬਈ ਜਿਹੜਾ ਜੀਵਨ ਰਿਹਾ। ਉਪਰੰਤ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਆ ਜੋਬ ਜਿਹੜੀ ਇਹਨਾਂ ਨੂੰ ਮਿਲੀ, ਅਤੇ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਵੱਖ ਵੱਖ ਅਹੁਦਿਆਂ 'ਤੇ ਰਹਿ ਕੇ, ਮੈਨੇਜਰ ਵੀ ਰਹੇ, ਇੰਸਪੈਕਟਰ ਬ੍ਰਾਂਚ ਦੇ ਵਿੱਚ ਵੀ ਰਹੇ, ਫਲੈਂਗ ਦੇ ਵਿੱਚ ਵੀ ਮੇਰੇ ਨਾਲ ਇਹਨਾਂ ਨੇ ਕੰਮ ਕੀਤਾ, ਅਤੇ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੇ ਆਪਣੀ ਡਿਊਟੀ ਜਿੱਥੇ ਵੀ ਲੱਗੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਰਹੇ। ਅੱਜ ਸਮਾਂ ਆਇਆ ਵੀ ਇਹਨਾਂ ਨੇ ਸਰਵਿਸ ਪੂਰੀ ਕਰਕੇ ਜਿਹੜਾ ਕਿ 58 ਸਾਲ ਬਾਅਦ ਆਪਾਂ ਹਰੇਕ ਨੇ ਰਿਟਾਇਰ ਹੋਣਾ, ਅਤੇ ਇਹਨਾਂ 'ਤੇ ਵੀ ਸਮਾਂ ਆਇਆ ਵੀ ਉਹ ਅੱਜ ਰਿਟਾਇਰ ਹੋ ਕੇ ਬੜੇ ਖੁਸ਼ੀ ਖੁਸ਼ੀ ਆਪਦੇ ਪਰਿਵਾਰ ਦੇ ਵਿੱਚ ਜਾ ਰਹੇ ਆ। ਗੁਰੂ ਮਹਾਰਾਜ ਅੱਗੇ ਇਹ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ, ਇਹਨਾਂ ਨੇ ਸਾਡੇ ਨਾਲ ਬੜਾ ਵਧੀਆ ਸਫ਼ਰ ਜਿਹੜਾ ਲੰਘਾਇਆ, ਅਤੇ ਜਿਹੜੀ ਇਹਨਾਂ ਦੀ ਜ਼ਿੰਦਗੀ ਬਾਕੀ ਹੈ ਪਰਿਵਾਰ ਦੇ ਵਿੱਚ ਜਿਹੜੀ ਹੁਣੇ ਵਿਚਰਨੇ ਜਾ ਰਹੇ ਆ, ਅਤੇ ਬਹੁਤ ਵਧੀਆ ਅਤੇ ਸੁਚੱਜੇ ਢੰਗ ਨਾਲ ਇਹਨਾਂ ਨੂੰ ਬਲ ਬਖਸ਼ੀ, ਉੱਦਮ ਬਖਸ਼ੀ ਅਤੇ ਤਰੱਕੀ ਬਖਸ਼ੀ ਵੀ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਵਧੀਆ ਸੁਖੀ ਜੀਵਨ ਜਿਹੜਾ ਬਤੀਤ ਕਰਨ। ਅਤੇ ਜਿਹੜੇ ਇਸ ਬ੍ਰਾਂਚ ਦੇ ਵਿੱਚ ਹੁਣ ਆਏ ਆ
ਬ੍ਰਾਂਚ ਵੱਲੋਂ ਬਹੁਤ ਇਹਨਾਂ ਦਾ ਮਾਣ ਸਤਿਕਾਰ ਜਿਹੜਾ ਕੀਤਾ ਗਿਆ। ਅਨਚਾਰ ਸਾਹਿਬ ਬੈਠੇ ਆ, ਸੁਪਰਵਾਈਜ਼ਰ ਸਾਹਿਬ ਬੈਠੇ ਆ, ਸਾਰੇ ਵੀਰ ਮੇਰੇ ਇੱਥੇ ਜਿਹੜੇ ਆ ਇੰਸਪੈਕਟਰ ਬ੍ਰਾਂਚ ਦੇ ਵਿੱਚੋਂ ਵੀ ਚੀਫ ਸਾਹਿਬ ਬੈਠੇ ਆ, ਇਹਨਾਂ ਸਾਰਿਆਂ ਦੇ ਨਾਲ ਇਹਨਾਂ ਦਾ ਬੜਾ ਮੁਲਾਪੜਾ ਸੰਭਾ ਰਿਹਾ ਅਤੇ ਇਹਨਾਂ ਨੇ ਵਧੀਆ ਢੰਗ ਦੇ ਨਾਲ ਇਹਨਾਂ ਦੇ ਨਾਲ ਜਿਹੜੇ ਵਿਚਰੇ ਆ। ਅਤੇ ਗੁਰੂ ਮਹਾਰਾਜ ਇਹਨਾਂ ਨੂੰ ਅੱਗੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ, ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਕਿ ਉਹਨਾਂ ਦਾ ਜਾਚ ਕਰ। ਵਾਹਿਗੁਰੂ ਜੀ ਕਾ ਖਾਲਸਾ। ਦਾਸ ਨੇ 1984 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇੱਥੇ ਮੋਰਚਾ ਲਾਇਆ ਸੀ ਅਤੇ ਉਹਨਾਂ ਨੇ ਇੱਕੋ ਗੱਲ ਆਖੀ ਸੀ, ਸਿੱਖ ਫੌਜਾਂ ਨੂੰ ਹੁਣ ਸਾਡਾ ਸਾਥ ਦੇਣਾ ਚਾਹੀਦਾ। ਜਦੋਂ ਕਾਲ ਤਖ਼ਤ ਢਹਿ ਕੇ ਜੀ ਹੋ ਗਿਆ ਅਤੇ ਫਿਰ ਸਾਡਾ ਜੀ ਨਹੀਂ ਕੀਤਾ ਵੀ ਨੌਕਰੀ ਕਰੀਏ, ਫਿਰ ਉੱਥੋਂ ਬੈਰਕਾ ਛੱਡ ਕੇ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। 1632 ਰਿਕਰੂਟ ਕੁਝ ਜਵਾਨਾਂ ਦੇ ਨਾਲ ਰਸਤੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੰਬਾਰਮੈਂਟਾਂ, ਤਰ੍ਹਾਂ ਤਰ੍ਹਾਂ ਦੀਆਂ ਤੋਫਾਂ, ਤਰ੍ਹਾਂ ਤਰ੍ਹਾਂ ਦੇ ਹੈਲੀਕਾਪਟਰ 'ਤੇ ਚੱਲਦੇ ਰਹੇ। ਹਰੀ ਸਿੰਘ ਆਪਣੀਆਂ ਜਾਨਾਂ 'ਤੇ ਚੱਲਦੇ ਚੱਲਦੇ ਕੁਝ ਸ਼ਹੀਦ ਹੋ ਗਏ, ਕੁਝ ਕੈਦ ਹੋ ਗਏ, ਕੁਝ ਫੱਟੜ ਹੋ ਗਏ। ਉਸ ਤੋਂ ਬਾਅਦ ਦੇ ਵਿੱਚ ਜੇਲ੍ਹਾਂ ਤੋਂ ਬਾਅਦ ਰਿਹਾਅ ਹੋ ਕੇ ਆਏ, ਫਿਰ ਇੱਕ ਸੰਤ ਜਰਨੈਲ ਸਿੰਘ, ਸੰਤ ਹਰਚਰਨ ਸਿੰਘ ਜੀ ਨੇ ਕੀਤੀ ਰਾਜੀਵ ਗਾਂਧੀ ਜੀ ਨੂੰ ਬੇਨਤੀ ਵੀ ਇਹਨਾਂ ਨੂੰ ਵਾਪਸ ਲੈਣ, ਫਿਰ ਵਾਪਸ ਗਏ, ਫਿਰ ਪੈਨਸ਼ਨ ਆਏ। 19 ਸਾਲ ਉੱਥੇ, 19 ਸਾਲ 3 ਮਹੀਨੇ ਇੱਥੇ ਨੌਕਰੀ ਕੀਤੀ। ਇਹਦੇ ਵਿੱਚ ਇੱਕੋ ਹੀ ਸਿੱਖਿਆ ਮੈਂ ਵੀ ਸਭ ਤੋਂ ਵੱਡੀ ਇਮਾਨਦਾਰੀ, ਜਦੋਂ ਇਮਾਨਦਾਰੀ ਆਉਂਦੀ ਆ ਤਾਂ ਬੜੀਆਂ ਗੱਲਾਂ ਜਿਹੜੀਆਂ ਉਹ ਸੁੱਕ ਜਾਂਦੀਆਂ। ਜਿੱਥੇ ਇਮਾਨਦਾਰੀ ਵੀ ਨਾ ਹੋਵੇ, ਲੁਚਪਣਾ ਵੀ ਹੋਵੇ, ਸਾਰੇ ਕੰਮ ਹੋਣ, ਉਹ ਫਿਰ ਉੱਗੜ ਕੇ ਅੱਗੇ ਆ ਜਾਂਦਾ। ਲੁਚਪਣਾ ਤਾਂ ਸੀ ਮੇਰੇ 'ਚ ਮਾੜੇ ਮੋਟਾ, ਪਰ ਇਮਾਨਦਾਰੀ ਨਹੀਂ ਛੱਡੀ, ਪੈਸੇ ਵੱਲੋਂ ਨਹੀਂ ਬਿਲਕੁਲ। ਰੱਬ ਨੂੰ ਇਹ ਆਖਿਆ ਸੀ, ਪਰਮਾਤਮਾ ਇਸ ਦਾਇਰੇ ਵਿੱਚ ਆ ਗਏ ਹਾਂ, ਜਿਸ ਤਰ੍ਹਾਂ ਵਾੜੇ ਆਈ ਇਸੇ ਤਰ੍ਹਾਂ ਹੀ ਘਰ ਨੂੰ ਖੜੀ ਚਿੱਠੀ ਚੱਲ, ਅਤੇ ਉਹਦੀ ਬਾਰ ਕਿਰਪਾ ਹੋਈ ਆ ਜਿਹਨੇ ਇਹ ਇੱਕ ਸੰਤੋਖ ਅਤੇ ਸਬਰ ਰੱਖਿਆ ਦਿਲ ਵਿੱਚ। ਨਹੀਂ ਤਾਂ ਸਮੁੰਦਰ ਦੇ ਵਿੱਚ ਰਹਿ ਕੇ ਮੱਛੀ ਪਾਣੀ ਨਾ ਪੀਵੇ ਕਿੱਦਾਂ ਸੰਭਵ ਹੋ ਸਕਦਾ। ਅਤੇ ਬੜੇ ਬੜੇ ਬੰਦਿਆਂ ਨੇ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਵੀ ਇਹਨੂੰ ਲਾਓ, ਪਰ ਲੱਗਾ ਨਹੀਂ। ਇਹ ਮਨ ਉੱਥੇ ਕੁਛ ਇੱਥੇ ਆ ਕੇ ਫਿਰ ਪਕੜ ਜਾਂਦਾ ਹੀ ਨਹੀਂ, ਕੰਮ ਚੰਗਾ ਹੀ ਕਰਨਾ ਅਤੇ ਉਹਦੀਆਂ ਚੰਗਿਆਈਆਂ ਮੇਰਾ ਖਿਆਲ ਆ ਇਹ ਤੁਹਾਡੀ ਬ੍ਰਾਂਚ ਜਿਹੜੀ ਆ ਉਹ ਸਾਨੂੰ ਵੰਡ ਰਹੀ ਆ। ਇਸ ਬ੍ਰਾਂਚ ਦੇ ਵਿੱਚ ਵੀ ਬਹੁਤਾ ਚਿਰ ਨਹੀਂ ਰਹਿ ਸਕਿਆ, 7 ਸਾਲ ਬਲੈਂਕ 'ਚ ਰਿਹਾ, 2 ਸਾਲ ਇੰਸਪੈਕਟਰ ਰਿਹਾ, 6-7 ਸਾਲ ਗੁਰਦੁਆਰਿਆਂ 'ਚ ਰਿਹਾ। ਕੋਈ ਇਹ ਨਹੀਂ ਕਹਿ ਸਕਦਾ ਵੀ ਬੁੱਟਰ ਨੇ ਕੋਈ ਬਿੱਲ ਗਲਤ ਬਣਾਇਆ, ਨਹੀਂ ਕੁਛ ਗਲਤ ਕੀਤਾ, ਨਹੀਂ ਕਿਹਾ ਜੇ ਕਹੂਗਾ ਮੇਰੇ ਸਾਹਮਣੇ ਮੈਂ ਦੇਣ ਦਾ। ਬਾਕੀ ਰਹੀ ਗੱਲ ਇਹ ਕਿ ਜਦੋਂ ਏਡੇ ਵੱਡੇ ਅਹੁਦਿਆਂ 'ਤੇ ਰਹਿਣਾ ਹੋਵੇ ਕਈ ਵਾਰ ਕੁਛ ਕੁਛ ਕਰਨਾ ਪੈਂਦਾ, ਪਰ ਉਹ ਵੀ ਨਹੀਂ ਕੀਤਾ। ਮਨਜੀਤ ਸਿੰਘ ਆਖਣ ਲੱਗਾ ਇੱਦਾਂ ਨਹੀਂ ਮੈਨੇਜਰੀਆਂ ਹੁੰਦੀਆਂ, ਮੈਂ ਕਿਹਾ ਕੋਈ ਨਹੀਂ 1-2 ਤਨਖਾਹਾਂ ਲੱਗ ਜਾਣਗੀਆਂ, ਮੈਂ ਇਹੋ ਜਿਹਾ ਨਹੀਂ ਕੰਮ ਕਰ ਸਕਦਾ। ਫਿਰ ਵੀ ਉਹਨੇ ਸ਼ਲਾਘਾ ਕੀਤੀ ਵੀ ਚੰਗੀ ਗੱਲ, ਬੜੇ ਦਿਨ ਵਧੀਆ ਆਏ, ਬੜੇ ਦਿਨ ਮਾੜੇ ਆਏ, ਪਰ ਅਫਸੋਸ ਆ ਕਿ ਇਹਨਾਂ ਨੇ ਮੈਨੂੰ ਬਾਰ ਬਾਰ ਦੂਰ ਦੂਰ ਰੱਖਿਆ, ਦੂਰ ਦੂਰ ਰੱਖਿਆ। ਅਤੇ ਦੂਰ ਦੂਰ ਰੱਖਣ ਦਾ ਮੈਨੂੰ ਇਹ ਬੈਨੀਫਿਟ ਮਿਲਿਆ, ਇੱਕ ਮੈਂ ਬੇਟਾ ਪੜ੍ਹਾ ਲਿਆ, ਇੱਕ ਬਾਹਰ ਦੇ ਗੁਰਦੁਆਰਿਆਂ 'ਚ ਮੈਨੂੰ ਬੁੱਟਰ ਨਹੀਂ ਆਉਂਦੇ, ਲਾਡਾ ਆਉਂਦੇ, ਲਾਡਾ ਲਾਡਾ ਕਰਕੇ ਮੈਂ ਟਾਈਮ ਪਾਸ ਕੀਤਾ। ਪੜ੍ਹਿਆ ਲਿਖਿਆ ਘੱਟ ਹੋਣ ਕਰਕੇ ਵੀ, ਤਜ਼ਰਬਾ ਜ਼ਿਆਦਾ ਹੋਣ ਕਰਕੇ ਜੇ ਕਿਸੇ ਨੂੰ ਦਬਕਾ ਮਾਰਦਾ ਹੈ ਉਹ ਵੀ ਚਿੰਬੜ ਜਾਂਦਾ ਸੀ, ਜੇ ਕਿਸੇ ਨੂੰ ਸੱਚ ਬੋਲਦਾ ਉਹ ਵੀ ਚਿੰਬੜ ਜਾਂਦਾ ਸੀ, ਜੇ ਕਿਸੇ ਨੂੰ ਮਜ਼ਾਕ ਕਰਦਾ ਹੈ ਉਹ ਵੀ ਮਜ਼ਾਕ ਚੱਲ ਲੈਂਦਾ ਸੀ। ਇਸ ਕਰਕੇ ਧੀਆਂ ਭੈਣਾਂ 'ਚ ਵੀ ਰਹੇ ਹਾਂ, ਚੰਗੇ ਬੰਦਿਆਂ 'ਚ ਵੀ ਰਹੇ ਹਾਂ, ਮਾੜਿਆਂ 'ਚ ਵੀ ਰਹੇ ਹਾਂ, ਚੁਟਕਲੇਬਾਜ਼ੀ ਵੀ ਕਰਦੇ ਰਹੇ ਹਾਂ ਅਤੇ ਕਰੋੜਾਂ ਰੁਪਈਆ ਗਿਣ ਗਿਣ ਕੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ।
ਤੇ ਜਿੱਥੇ ਪੈਸਿਆਂ ਦਾ ਵੀ ਦੌਰ ਚੱਲਦਾ ਰਿਹਾ ਉੱਥੇ ਵੀ ਕਿਸੇ ਨੇ ਹਿੰਮਤ ਨਹੀਂ ਕੀਤੀ ਵੀ ਇਹ ਬੰਦਾ ਆਇਆ ਤੇ ਅਸੀਂ ਇਹਦੇ ਵਿੱਚੋਂ ਕੋਈ 150 ਰੁਪਈਆ ਸੈੱਟ 'ਤੇ ਰੱਖ ਲਈਏ ਨਹੀਂ ਸਾਧ ਦੀ ਮਦਦ ਕੀਤੀ ਤੇ ਚੋਰ ਨੂੰ ਛੱਡਿਆ ਨਹੀਂ ਇਸ ਕਰਕੇ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਹੀ ਬੜੇ ਸੂਝਵਾਨ ਦੇ ਔਰ ਕਈਆਂ ਕਈਆਂ ਗੁਰਦੁਆਰਿਆਂ 'ਚ ਮੰਜੇ ਲੈ ਕੇ ਆਏ ਜੇ ਕੋਈ ਇਹੋ ਜਿਹੀ ਗੱਲ ਦਾਸ ਕੋਲ ਕਹੀ ਗਈ ਹੋਵੇ ਤੁਹਾਡੇ ਬੰਦੇ ਨਾਲ ਅਤੇ ਉਹ ਇੱਥੇ ਛੱਡ ਜਾਇਓ ਇੱਕ ਦੋ ਕੋਸ਼ਿਸ਼ਾਂ ਨੇ ਪਰਮਾਤਮਾ ਅੱਗੇ ਅਰਦਾਸ ਕਰਿਓ ਮੇਰੀਆਂ ਪੂਰੀਆਂ ਹੋਣ ਮੈਂ ਮੈਲਬੋਰਨ 'ਚ ਜਾ ਰਿਹਾ ਸ਼ਾਇਦ ਉਹ ਮੰਨ ਲੈਣ ਮੇਰੀ ਗੱਲ ਉੱਥੇ ਸਾਰਿਆਂ ਦਾ ਇੱਕ ਇੱਕ ਬੱਚਾ ਐਡਜਸਟਮੈਂਟ ਹੋ ਜਾਵੇ ਅਤੇ ਸਾਡੀ ਉੱਥੇ ਮੇਨ ਪਾਵਰ ਵੱਧ ਜਾਵੇ ਕਿਉਂਕਿ ਹੁਣ ਇੱਕ ਉੱਥੇ ਸਿੱਖ ਬਟਾਲੀਅਨ ਖੜ੍ਹੀ ਹੋਣੀ ਹੋ ਸਕਦਾ ਉਹਦੇ ਵਿੱਚ ਵੀ ਐਕਸਰਸਮੈਨ ਵੀ ਲੈ ਜਾਣ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਖਿਮਾ ਦਾ ਜਾ ਦੇਖਾਂ ਬੋਲੇ ਸੋ ਆਹ ਜਿਹੜਾ ਅਸ਼ੋਕ ਚੱਕਰ ਦਿੱਤਾ ਤੁਸੀਂ ਇਹ ਅਸ਼ੋਕ ਚੱਕਰ ਹੀ ਸਮਝੋ ਇਹ ਇਹਦੀ ਮੈਂ ਉਹਨੇ ਵੀ ਇਸ ਕਿਰਪਾਨ ਪਟਨਾ ਸਾਹਿਬ ਸੁੱਤੀ ਸੀ ਅਤੇ ਮੈਂ ਹੁਣ ਇਹਨੂੰ ਜ਼ੁਲਮ ਨੂੰ ਜਿੰਨਾ ਕੁ ਹੋਇਆ ਕਰਤਾ ਅਤੇ ਉਹ ਫਿਰ ਗੁਰੂ ਸਾਹਿਬ ਨੇ ਉੱਥੋਂ ਚੁੱਕੀ ਸੀ ਉਹਨਾਂ ਜ਼ੁਲਮ ਦਾ ਵੀ ਕੀਤਾ ਅਤੇ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਮੇਰਾ ਵੀ ਟਾਕਲਾ ਜ਼ੁਲਮ ਨਾ ਹੁੰਦਾ ਰਹੇ ਅਤੇ ਮੈਂ ਜ਼ੁਲਮ ਨੂੰ ਪਿੱਛੇ ਛੱਡਦਾ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਉਹ ਜਿਹੜਾ ਬਹੁਤਾ ਕਾਲਾ ਸੀ ਉਹ ਅਨੰਦਪੁਰ ਚਲ ਗਿਆ
ਇੱਥੇ ਫਤਿਹਗੜ੍ਹ ਸਾਹਿਬ ਉਹ ਆਉਂਦਾ ਸੀ ਮੈਂ ਜਾਣਾ ਹੀ ਜਾਣਾ ਇੱਕ ਲੇਲਾ ਲੈ ਕੇ ਆਉਣਾ ਲੇਲਾ ਪੰਜ ਠੀਕ ਹੈ ਜੀ ਚਲੋ ਉੱਥੇ ਚਲੋ ਨਾਲ ਨਾਲ ਆਈ ਜਾਓ ਕੋਈ ਨੀ ਇੱਥੇ ਕੱਲ ਵੀ ਲੱਗ ਗਈ ਅੱਜ ਵੀ ਧੁੱਪ ਲੱਗ ਗਈ ਮਹਾਰਾਜ ਨੇ ਬੜਾ ਸੋਹਣਾ ਕੀਤਾ ਆਹ
ਜਿਸਕੇ ਮਸਤਕ ਭਾਗ ਸੋ ਸੇਵਾ ਦਾਇਆ ਦੇ ਮਾਵਾਕਾਂ ਅਨੁਸਾਰ ਜੋ ਸਾਡੇ ਵੱਡੇ ਵੀਰ ਸਰਦਾਰ ਪਰਮਜੀਤ ਸਿੰਘ ਜੀ ਹਰਿਆਣੇ ਤੋਂ ਅਤੇ ਸਾਡੇ ਸੁਪਰਵਾਈਜ਼ਰ ਸਰਦਾਰ ਬਲਜੀਤ ਸਿੰਘ ਜੀ ਜੋ ਧਰਮੀ ਫੌਜੀ ਨੇ ਇਹਨਾਂ ਦੀ ਅੱਜ ਆਪਾਂ ਵਿਦਾਇਗੀ ਪਾਰਟੀ ਦੇ ਵਿੱਚ ਇਕੱਤਰ ਹੋਏ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਮਸਾਣਾ ਸਾਹਿਬ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਇੰਚਾਰਜ ਧਰਮ ਪ੍ਰਚਾਰ ਹਰਿਆਣਾ ਸਟੇਟ, ਉਹਨਾਂ ਦੇ ਨਾਲ ਸਰਦਾਰ ਬਲਵੰਤ ਸਿੰਘ ਜੀ ਪੱਟੀ ਸਾਹਿਬ ਜੋ ਸਾਡੇ ਸਾਬਕਾ ਸਕੱਤਰ ਨੇ, ਨਾਲ ਸਰਦਾਰ ਸਤਵੀਰ ਸਿੰਘ ਜੀ ਸਰਕਾਰਯੋਗ ਮਾਨਯੋਗ ਪ੍ਰਧਾਨ ਸਾਹਿਬ ਦੇ OSD ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ DDPO, ਸਰਦਾਰ ਪਰਮਜੀਤ ਸਿੰਘ ਜੀ ਅੰਮ੍ਰਿਤਸਰ ਅਤੇ ਮੇਰੇ ਸਾਥੀ ਸੈਕਟਰੀ ਸਾਹਿਬਾਨ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ, ਵੱਖ ਵੱਖ ਬ੍ਰਾਂਚਾਂ ਤੋਂ ਇੰਚਾਰਜ ਸੁਪਰਵਾਈਜ਼ਰ ਅਤੇ ਹੋਰ ਸਮੂਹ ਸਟਾਫ, ਮਸਾਣਾ ਸਾਹਿਬ ਦਾ ਪਰਿਵਾਰ ਅਤੇ ਸਰਦਾਰ ਪਰਮਜੀਤ ਸਿੰਘ ਜੀ ਦਾ ਪਰਿਵਾਰ, ਸਰਦਾਰ ਬਲਜੀਤ ਸਿੰਘ ਦਾ ਪਰਿਵਾਰ ਵੀ ਇਕੱਤਰ ਹੋਇਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੀ ਸੇਵਾ ਸਬਦ ਹੈ, ਜੇ ਕੋ ਕਰੇ ਚਿੱਤ ਲਾਏ। ਮੈਂ ਸਮਝਦਾ ਹਾਂ ਕਿ ਜਿਵੇਂ ਸਰਦਾਰ ਪਰਮਜੀਤ ਸਿੰਘ ਦਾ ਅਸੀਂ ਹੁਣ ਜਦ ਫੈਲ ਤੋਂ ਦੇਖਿਆ ਆ ਤੇ ਲਗਭਗ 40 ਸਾਲ ਤੇ 4 ਮਹੀਨੇ ਬੜੀ ਲੰਬੀ ਜਿਹੜੀ ਸਰਵਿਸ ਉਹ ਅੱਜ ਕਰਕੇ ਸਾਡੇ ਤੋਂ ਵਿਦਾਇਗੀ ਲੈ ਰਹੇ ਨੇ, ਆਪਣੀ ਸਰਵਿਸ ਤੋਂ ਰਿਟਾਇਰ ਹੋ ਰਹੇ ਨੇ, ਉੱਥੇ ਹੀ ਸਰਦਾਰ ਬਲਜੀਤ ਸਿੰਘ ਜੀ ਜੋ 19 ਸਾਲ ਤੋਂ ਉੱਪਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਕੇ ਵਿਦਾਇਗੀ ਲੈ ਰਹੇ ਨੇ, ਇਸ ਤੋਂ ਪਹਿਲਾਂ ਇਹਨਾਂ ਨੇ ਦੇਸ਼ ਦੀ ਕੌਮ ਦੀ ਵੱਖ ਵੱਖ ਬਾਰਡਰਾਂ 'ਤੇ ਸੇਵਾ ਕੀਤੀ ਫੌਜ ਦੇ ਵਿੱਚ। ਜਦ 84 ਦਾ ਘੱਲੂਘਾਰਾ ਵਾਪਰਿਆ ਅਤੇ ਉਦੋਂ ਸਾਰੇ ਸਿੱਖਾਂ ਦੇ ਹਰ ਜਿਹੜਾ ਮਨੁੱਖ ਸੀਗਾ ਉਹਦੇ ਹਿਰਦੇ ਵਲੂੰਦਰੇ ਗਏ ਕਿ ਸਾਡੇ ਪਵਿੱਤਰ ਪਾਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਦ ਟੈਂਕਰ ਤੋਪਾਂ ਦਾ ਹਮਲਾ ਹੋਇਆ ਤਾਂ ਇਹਨਾਂ ਨੇ ਜਿਹੜਾ ਆ ਉਹ ਜ਼ਾਲਮ ਸਰਕਾਰ ਦਾ ਵਿਰੋਧ ਕਰਦਿਆਂ ਹੋਇਆ ਉਹ ਆਪਣੀਆਂ ਬੈਰਕਾਂ ਛੱਡ ਕੇ ਅਤੇ ਧਰਮ ਯੁੱਧ ਮੋਰਚੇ ਦੇ ਵਿੱਚ ਆਣ ਕੇ ਡਟ ਗਏ। ਅੱਜ ਉਹ ਵੀ ਸਾਡੇ ਤੋਂ ਵਿਦਾਇਗੀ ਲੈ ਰਹੇ ਨੇ। ਮੈਂ ਸਮਝਦਾ ਹਾਂ ਇਸ ਸੰਸਥਾ ਦੇ ਵਿੱਚ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਕਿਉਂਕਿ ਇਸ ਸਥਾਨ 'ਤੇ ਲੋਕ ਦਰਸ਼ਨ ਦਦਾਰ ਕਰਨ ਨੂੰ, ਇਸ਼ਨਾਨ ਕਰਨ ਨੂੰ, ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਨ ਨੂੰ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਤਤਪਰ ਰਹਿੰਦੇ ਨੇ। ਕਈਆਂ ਨੂੰ ਮੌਕਾ ਮਿਲ ਜਾਂਦਾ ਹੈ ਆਣ ਕੇ ਦਰਸ਼ਨ ਦਿਦਾਰੇ ਕਰਨ ਦਾ, ਅਤੇ ਕਈ ਵਿਚਾਰਿਆਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੇਸ਼ਾਂ ਦੀਆਂ ਆਪੋ ਆਪਣੇ ਪ੍ਰੋਟੋਕੋਲ ਹੁੰਦੇ ਨੇ, ਉਹਨਾਂ ਅਨੁਸਾਰ ਕਈਆਂ ਦੇ ਵਿਚਾਰਿਆਂ ਦੇ ਇਹ ਮਨਾਂ ਦੇ ਵਿੱਚ ਹੀ ਰਹਿ ਜਾਂਦੀਆਂ ਆ। ਮੈਂ ਸਮਝਦਾ ਹਾਂ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ, ਜਿੱਥੇ ਅਸੀਂ ਇੱਥੇ ਸਾਨੂੰ ਸੇਵਾ ਕਰਨ ਦਾ, ਦਰਸ਼ਨ ਦਿਦਾਰੇ ਕਰਨ ਦਾ ਖੁੱਲ੍ਹਾ ਮੌਕਾ ਮਿਲਦਾ ਆ, ਉੱਥੇ ਸਾਨੂੰ ਆਪਣੇ ਜੀਵਨ ਦੇ ਨਿਰਬਾਹ ਵਾਸਤੇ, ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ, ਰੋਜ਼ੀ ਰੋਟੀ ਵਾਸਤੇ ਵੀ ਇੱਕ ਜਿਹੜਾ ਆ ਬਹੁਤ ਵਧੀਆ ਧਰਮ ਦੀ ਕਿਰਤ ਵਿਰਤ ਕਰਨ ਦਾ ਜਿਹੜਾ ਆ ਗੁਰੂ ਪਾਤਸ਼ਾਹ ਸਾਨੂੰ ਮੌਕਾ ਦਿੰਦਾ ਆ। ਇਹ ਅੱਜ ਬੜਾ ਖੁਸ਼ੀਆਂ ਭਰਿਆ ਪਲ ਹੁੰਦਾ ਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜਦ ਆਪਾਂ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਹਾਂ ਤਾਂ ਉਦੋਂ ਸਾਡਾ ਆਰ ਪਰਿਵਾਰ ਮਾਤਾ ਪਿਤਾ ਜਾਂ ਉਦੋਂ ਖੁਸ਼ੀ ਮਨਾਉਂਦਾ ਆ, ਜਾਂ ਉਸ ਤੋਂ ਬਾਅਦ ਜਦ ਆਪਾਂ ਪੜ੍ਹ ਲਿਖ ਕੇ ਕੋਈ ਰੁਜ਼ਗਾਰ ਵਾਸਤੇ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਆਪਾਂ ਕਦਮ ਪੁੱਟਦੇ ਹਾਂ ਤਾਂ ਆਪਾਂ ਨੂੰ ਕੋਈ ਕਾਰੋਬਾਰ ਜਾਂ ਨੌਕਰੀ ਵਗੈਰਾ ਮਿਲਦੀ ਆ ਉਦੋਂ ਖੁਸ਼ੀ ਮਨਾਉਂਦੇ ਹਾਂ। ਉਸ ਸਮੇਂ ਸਾਡੇ ਮਨ ਦੇ ਵਿੱਚ ਹੁੰਦਾ ਹੈ ਵੀ ਪਰਮਾਤਮਾ ਹੁਣ ਜੇ ਤੂੰ ਸਾਨੂੰ ਇਹ ਸੇਵਾ ਦਿੱਤੀ ਆ ਅਤੇ ਆਪਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਆਪ ਹੀ ਸੇਵਾ ਕਰਵਾ ਲੈਣੀ। ਮੈਂ ਸਮਝਦਾ ਹਾਂ ਬੜੇ ਵੱਡੇ ਭਾਗਾਂ ਵਾਲੇ ਨੇ, 40 ਸਾਲ ਜਿਹੜੇ ਜ਼ਿੰਦਗੀ ਦੇ ਅਹਿਮ ਸਾਲ ਹੁੰਦੇ ਨੇ ਉਹ ਇਸ ਇਹਨਾਂ ਅਸਥਾਨਾਂ ਦੇ ਗੁਰਧਾਮਾਂ ਦੀ ਜਿਹੜੀ ਸੇਵਾ ਸੰਭਾਲ ਕਰਦਿਆਂ ਇਹਨਾਂ ਨੇ ਗੁਜ਼ਾਰੇ ਆ। ਬੜੇ ਮਲਾਪੜੇ ਨੇ, ਬੜਾ ਮਿੱਠਾ ਸੁਭਾਅ ਆ ਇਹਨਾਂ ਨੇ। ਲੰਮਾ ਸਮਾਂ ਜਿਹੜਾ ਆ ਹਰਿਆਣੇ ਦੇ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਨੇ ਸੇਵਾ ਕੀਤੀ ਆ, ਫਿਰ ਉੱਥੇ ਸਾਡੇ ਸਿੱਖ ਮਿਸ਼ਨ ਹਰਿਆਣਾ ਉਹਦਾ ਇੰਚਾਰਜ ਰਹੇ ਨੇ। ਇਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ, ਇਹਨਾਂ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਸਾਡੇ ਉਹ SD ਸਰਦਾਰ ਸਤਵੀਰ ਸੋਹਣਾ ਨੇ ਆਪਣੀ ਪਾਰਕੂ ਨਿਗਾਹ ਦੇ ਨਾਲ ਵੇਂਦਿਆਂ ਹੋਇਆਂ ਮਾਨਯੋਗ ਪ੍ਰਧਾਨ ਸਾਹਿਬ ਨੂੰ ਕਹਿ ਕੇ ਇਹਨਾਂ ਦਾ ਮਾਣ ਸਤਿਕਾਰ ਕਰਦੇ ਹੋਏ ਇਹਨਾਂ ਨੂੰ ਬਤੌਰ ਮੀਤ ਸਕੱਤਰ ਜਿਹੜਾ ਆ ਉਹ ਪ੍ਰਮੋਟ ਕੀਤਾ ਆ। ਪਿਛਲੇ 4-5 ਮਹੀਨਿਆਂ ਤੋਂ ਸਾਡੇ ਕੋਲ ਇੱਥੇ ਮੇਰੇ ਨਾਲ ਹੀ ਧਰਮ ਪ੍ਰਚਾਰ ਕਮੇਟੀ 'ਚ ਸੇਵਾ ਕਰਦੇ ਨੇ। ਇੰਨਾ ਮਿੱਠਾ ਸੁਭਾਅ ਨਿੱਘੇ, ਜਦ ਆ ਜਾਣਾ ਆ ਅਤੇ ਬਹਿ ਕੇ ਇਮਾਨਦਾਰੀ ਦੇ ਨਾਲ ਜਿਹੜਾ ਸਾਰੀ ਦਿਹਾੜੀ ਕਾਰਜ ਕਰਨਾ ਅਤੇ ਉਹ ਇਹਨਾਂ ਦੇ ਜਿਹੜੇ ਆ ਮਤਲਬ ਹਿੱਸੇ ਆਉਂਦਾ ਆ। ਇਸੇ ਤਰ੍ਹਾਂ ਸਾਡੇ ਬਲਜੀਤ ਸਿੰਘ ਹੋਣੀ ਬੈਠੇ ਨੇ, ਇਹਨਾਂ ਦੀਆਂ ਜਿਹੜੀਆਂ ਪੰਥ ਪ੍ਰਤੀ ਜਾਂ ਜੋ ਉੱਥੇ ਆਰਮੀ ਦੇ ਵਿੱਚ ਸੇਵਾ ਕਰਕੇ ਆਏ ਨੇ ਉਹ ਬੜੀ ਹੀ ਸ਼ਲਾਘਾ ਯੋਗ ਆ, ਕਿਉਂਕਿ ਧਰਮੀ ਫੌਜੀ ਇੱਕ ਸਾਡਾ ਸਮਾਜ ਦਾ ਅਨਿੱਖੜਵਾਂ ਅੰਗ ਨੇ। ਕਿਉਂਕਿ ਜਦ ਉਸ ਸਮੇਂ ਨੂੰ ਅਸੀਂ ਯਾਦ ਕਰਦੇ ਹਾਂ ਅਤੇ ਉਹ ਸਮਾਂ ਜਿਹੜਾ ਆ ਸਾਡੇ ਉਹ ਯੋਧਿਆਂ ਸੂਰਬੀਰਾਂ ਦੀਆਂ ਜਿਹੜੀਆਂ ਗਥਾਵਾਂ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਇੱਕ ਕਿੱਸਾ ਜੁੜ ਜਾਂਦਾ ਆ, ਜਿਨ੍ਹਾਂ ਨੇ ਉਸ ਸਮੇਂ ਜਿਹੜੀ ਹਾਕਮ ਸਰਕਾਰ ਨੂੰ, ਜ਼ਾਲਮ ਸਰਕਾਰ ਨੂੰ ਜਿਹੜਾ ਆ ਉਹ ਵੰਗਾਰ ਕੇ ਆਪਣਾ ਜਿਹੜਾ ਵਾ ਉਹ ਉਹਨਾਂ ਦੀਆਂ ਨੌਕਰੀਆਂ ਛੱਡ ਕੇ ਇੱਥੇ ਆਏ ਨੇ। ਮੈਂ ਹੁਣ ਸਭ ਤੋਂ ਪਹਿਲਾਂ ਬੇਨਤੀ ਕਰਦਾ ਹਾਂ ਸਰਦਾਰ ਹਰਭਜਨ ਸਿੰਘ ਜੀ ਮਸਾਣਾ, ਜੋ ਇਹਨਾਂ ਦੇ ਇੱਕ ਪਰਿਵਾਰ ਵਾਂਗੂ ਵਿਚਰਦੇ ਨੇ, ਅਤੇ ਉਹ 2 ਮਿੰਟ ਲਈ ਸੰਗਤਾਂ ਦੇ ਦਰਸ਼ਨ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ। ਸਰਦਾਰ ਹਰਭਜਨ ਸਿੰਘ ਜੀ ਮਸਾਣਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਜ਼ਰ ਕਰੇ। ਅੱਜ ਇੱਕ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਵੀਰ ਸਿੰਘ ਜੀ ਧਾਮੀ ਔਰ ਨਾਲ ਹੀ ਸਾਡੇ ਸਤਿਕਾਰਯੋਗ ਸਕੱਤਰ ਪ੍ਰਤਾਪ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਧਰਮ ਪ੍ਰਚਾਰ ਦੇ ਸਕੱਤਰ ਕਾਲਮਾ ਸਾਹਿਬ ਅਤੇ ਬਹੁਤ ਹੀ ਸਤਿਕਾਰ ਦੇ ਯੋਗ ਪੱਟੀ ਸਾਹਿਬ ਅਤੇ ਸਮੂਹ ਬ੍ਰਾਂਚਾਂ ਦੇ ਇੰਚਾਰਜ ਸਾਹਿਬਾਨ ਔਰ ਸਮੂਹ ਸਟਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੇਰੇ ਤੋਂ ਪਹਿਲਾਂ ਹੀ ਸਕੱਤਰ ਸਾਹਿਬ ਨੇ ਵੀ ਦੱਸਿਆ ਹੈ ਕਿ ਅੱਜ ਪਰਮਜੀਤ ਸਿੰਘ ਜਿਹੜੇ ਕਿ ਆਪਣੇ 40 ਸਾਲ ਅਤੇ 4 ਮਹੀਨੇ ਦੀ ਸੇਵਾ ਜੋ ਗੁਰੂ ਧਾਮਾਂ ਦੀ ਕਰਕੇ ਅੱਜ ਇੱਥੋਂ ਵਿਦਾਇਗੀ ਲੈ ਰਹੇ ਨੇ ਕਿ ਹਰਿਆਣੇ ਦੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਇਹਨਾਂ ਬਤੌਰ ਪਹਿਲਾਂ ਕਲਰਕ ਵੀ ਕੰਮ ਕੀਤਾ, ਮੈਨੇਜਰ ਵੀ ਕੰਮ ਕੀਤਾ, ਲੇਕਿਨ ਇਹਨਾਂ 40 ਸਾਲਾਂ ਦੇ ਵਿੱਚ ਕਿਤੋਂ ਵੀ ਕਿਤੇ ਕੋਈ ਸ਼ਿਕਾਇਤ ਦਾ ਇਹਨਾਂ ਨੇ ਕਿਸੇ ਨੂੰ ਮੌਕਾ ਨਹੀਂ ਦਿੱਤਾ ਔਰ ਸਾਰਿਆਂ ਤੋਂ ਹੀ ਜਿਹੜਾ ਇਹ ਪ੍ਰੇਰਣਾ ਲੈ ਕੇ ਜਿਹੜੇ ਨੇ ਅੱਜ ਇੱਥੇ ਤੱਕ ਪਹੁੰਚੇ। ਔਰ ਪਿੱਛੇ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਨੂੰ ਯਾਦ ਕਰਾਂਗੇ ਕਿ ਹਰਿਆਣੇ ਵਿੱਚ ਅੱਜ ਤੱਕ ਕੋਈ ਵੀ 20 ਸਕੱਤਰ ਜਾਂ ਸਕੱਤਰ ਨਹੀਂ ਬਣਿਆ। ਔਰ ਮੈਂ ਬੇਨਤੀ ਕੀਤੀ ਕਿ ਸਾਡਾ ਬਹੁਤ ਹੀ ਹੋਣਹਾਰ ਬੱਚਾ ਸਮਝ ਲਓ, ਭਰਾ ਸਮਝੋ, ਇਹ ਜਿਹੜਾ 40 ਸਾਲ
ਇਹਨੇ ਸਰਵਿਸ ਕੀਤੀ ਹੈ ਨਰੋਲ ਜਿਹੜੀ ਕਿਸੇ ਪੱਖਪਾਤ ਨੂੰ ਕਿਸੇ ਸ਼ਿਕਾਇਤ ਤੋਂ ਗੈਰ ਅਤੇ ਇਹਨਾਂ ਨੂੰ ਤੁਸੀਂ ਆਪਣੇ ਕਰ ਕਮਲਾਂ ਨਾਲ ਜਿਹੜਾ ਹਰਿਆਣੇ ਦੇ ਵਿੱਚ ਇਹਨਾਂ ਨੂੰ ਸਕੱਤਰ ਬਣਾਇਆ ਜਾਵੇ ਅਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ ਸਾਡਾ ਸੁਖਬੀਰ ਸਿੰਘ ਜੀ ਧਰਮ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨਾ ਕਿ ਸਾਡਾ ਸਾਥ ਦਿੱਤਾ ਹੈ ਔਰ ਇਹਨਾਂ ਨੂੰ ਇਸ ਅਹੁਦੇ 'ਤੇ ਜਿਹੜਾ ਬਿਠਾਇਆ ਅੱਜ ਇਹ ਸਾਡੇ ਤੋਂ ਜਿੱਥੇ ਵਿਦਾ ਹੋ ਰਹੇ ਨੇ ਔਰ ਮੈਨੂੰ ਇਹ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਹਰਿਆਣੇ ਦਾ ਮਾਣ ਰੱਖਿਆ ਕਦੋਂ ਵੀ ਕਿਸੇ ਇਹਨਾਂ ਨੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਔਰ ਬਲਜੀਤ ਸਿੰਘ ਜੀ ਸੁਪਰਵਾਈਜ਼ਰ ਜਿਹੜੇ ਨੇ ਇਹ ਵੀ 2 ਸਾਲ ਸਾਡੇ ਕੋਲ ਇੱਥੇ ਖੇਤਰ ਜਿਹੜਾ ਦਫ਼ਤਰ 'ਚ ਰਹਿ ਕੇ ਆਏ ਨੇ ਇਹਨਾਂ ਦਾ ਵੀ ਸੁਭਾਅ ਬਹੁਤ ਹੋਇਆ ਔਰ 2 ਸਾਲਾਂ 'ਚ ਇਹਨਾਂ ਨੇ ਇੰਨਾ ਪਿਆਰ ਸਾਡੇ ਨਾਲ ਬਣਾ ਲਿਆ ਕਿ ਅੱਜ ਸਾਡੇ ਤੋਂ ਦੂਰ ਹੋ ਰਹੇ ਅਤੇ ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜਾ ਵੀ ਬੱਚਾ ਜਾਂ ਭਰਾ ਸਾਡਾ ਜਿਹੜਾ ਕੰਮ ਕਰਦਾ ਉਹ ਸਿਰਤਰ ਨਾਲ ਜਿਹੜਾ ਗੁਰੂ ਘਰ ਨੂੰ ਸਮਰਪਿਤ ਹੈ ਉਹਦਾ ਜਿਹੜਾ ਹਮੇਸ਼ਾ ਸਤਿਕਾਰ ਹੁੰਦਾ ਅਤੇ ਪਿੱਛੇ ਵੀ ਜਿਹੜਾ ਇਸ ਤਰ੍ਹਾਂ ਹੀ ਸਤਿਕਾਰ ਹੁੰਦਾ ਰਹੇਗਾ ਮੈਂ ਅੱਜ ਇਸ ਦੇ ਖੁਸ਼ੀ ਦੇ ਮੌਕੇ 'ਤੇ ਮੈਂ ਸਾਰੇ ਸਾਡਾ ਸਭ ਤੋਂ ਜੋ ਸਾਡਾ ਮੇਨ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਐਡਵੋਕੇਟ ਉਹਨਾਂ ਦਾ ਮੈਂ ਸਭ ਤੋਂ ਜ਼ਿਆਦਾ ਜਿਹੜਾ ਰਿਣੀ ਹਾਂ ਕਿ ਜਿਨ੍ਹਾਂ ਨੇ ਸਾਡੇ ਇਸ ਹੋਣਹਾਰ ਬੱਚੇ ਨੂੰ ਇੱਥੇ ਪਹੁੰਚਾਇਆ ਅੱਜ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਮੈਂ ਸਤਵੀਰ ਸਿੰਘ ਜੀ ਦਾ ਕਾਲਵਾ ਸਾਹਿਬ ਦਾ ਪੱਟੀ ਸਾਹਿਬ ਦਾ ਪ੍ਰਤਾਪ ਸਿੰਘ ਜੀ ਸਾਡੇ ਸਕੱਤਰ ਸਾਹਿਬ ਦਾ ਔਰ ਸਮੂਹ ਸਟਾਫ ਦਾ ਜਿਨ੍ਹਾਂ ਨੇ ਯੋਗਦਾਨ ਸਾਰਾ ਦੇ ਕੇ ਇਹਨਾਂ ਸਾਨੂੰ ਇੱਥੇ ਤੱਕ ਬੱਚੇ ਨੂੰ ਪਹੁੰਚਾਇਆ ਔਰ ਅਸੀਂ ਖੁਸ਼ੀ ਖੁਸ਼ੀ ਨਾਲ ਜਿਹੜਾ ਇੱਥੋਂ ਅੱਜ ਇਹ ਵਿਦਾਇਗੀ ਲੈ ਰਹੇ ਨੇ ਮੈਂ ਫਿਰ ਦੁਬਾਰਾ ਸਾਰੇ ਸਕੱਤਰ ਸਾਹਿਬਾਨ ਸਮੂਹ ਸਟਾਫ ਦਾ ਜਿਹੜਾ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਾਨੂੰ ਮਸਾਣਾ ਸਾਹਿਬ ਸਾਡੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਸਕੱਤਰ ਦੇ ਅਜੀਜ ਸਰਦਾਰ ਜਸਵਿੰਦਰ ਸਿੰਘ ਕਾਨਗੋ ਤਰਨ ਤਾਰਨ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਹੀ ਸਾਰੀਆਂ ਬ੍ਰਾਂਚਾਂ ਤੋਂ ਸਮੁੱਚਾ ਸਟਾਫ ਇੱਥੇ ਹਾਜ਼ਰ ਹੋਇਆ ਸਾਡੇ ਸ਼੍ਰੋਮਣੀ ਕਮੇਟੀ ਦੇ ਸਟੂਡੈਂਟ ਦੋਨੋਂ ਹੋਏ ਨੇ ਇੰਚਾਰਜ ਸਾਹਿਬਾਨ ਹੋਏ ਨੇ ਸਾਡੇ ਵੀਰੇ ਸਾਥੀ ਸਾਰੇ ਹੀ ਮੀਤ ਸਕੱਤਰ ਐਡੀਸ਼ਨ ਸਕੱਤਰ ਸਾਹਿਬਾਨ ਆਏ ਨੇ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਸਤਬੀਰ ਸਿੰਘ ਜੀ ਓ ਐਸ ਡੀ ਮਾਨਯੋਗ ਪ੍ਰਧਾਨ ਸਾਹਿਬ ਉਹ 2 ਮਿੰਟ ਲਈ ਇਹਨਾਂ ਸ਼ਬਦਾਂ ਦੇ ਵਿੱਚ ਕਰਨਗੇ ਪਰਮ ਸਤਿਕਾਰਯੋਗ ਸਮੋਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਅਸੀਂ 2 ਆਪਣੇ ਪੁਰਾਣੇ ਸੱਜਣਾਂ ਦੀ ਵਿਦਾਇਗੀ ਦੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਉੱਥੇ ਇਹਨਾਂ ਦੇ ਜਾਣ ਤੋਂ ਬਾਅਦ ਅਸੀਂ ਇੱਕ ਅਵਕਾਰ ਵੀ ਮਹਿਸੂਸ ਕਰਦੇ ਹਾਂ ਕਿਉਂਕਿ ਜ਼ਿੰਦਗੀ ਦਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਆਪਣਾ ਇਸ ਪਵਿੱਤਰ ਧਰਤੀ ਦੇ ਵਿੱਚ ਇਸ ਪਵਿੱਤਰ ਸੰਸਥਾ ਦੇ ਵਿੱਚ ਕੇਵਲ ਡਿਊਟੀ ਨਹੀਂ ਕੀਤੀ ਕੇਵਲ ਸੇਵਾ ਨੂੰ ਮਦੇ ਨਜ਼ਰ ਆ ਦਿਆ ਸੇਵਾ ਭਾਵਨਾ ਦੇ ਨਾਲ ਇਹਨਾਂ ਨੇ ਆਪਣੀ ਸੇਵਾ ਕੀਤੀ ਹੈ ਜਿਵੇਂ ਕਿ ਸਕੱਤਰ ਸਾਹਿਬ ਨੇ ਦੱਸਿਆ ਕਿ ਸਾਡੀ ਤਾਂ ਖੁਸ਼ਕਿਸਮਤੀ ਹੈ ਕਿ ਨਾਲੇ ਸਾਨੂੰ ਇੱਥੇ ਰੁਜ਼ਗਾਰ ਮਿਲਿਆ ਹੁੰਦਾ ਨਾਲੇ ਅਸੀਂ ਸੇਵਾ ਦੀ ਭਾਵਨਾ ਨਾਲ ਸੇਵਾ ਵੀ ਕਰਦੇ ਹਾਂ ਸਾ ਪਰਮਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਗਿਆ ਕਿ 40 ਸਾਲ ਤੋਂ ਵੱਧ ਸਮਾਂ ਬਹੁਤ ਲੰਬਾ ਸਮਾਂ ਜ਼ਿੰਦਗੀ ਦਾ ਹੁੰਦਾ ਨੇਕ ਨੀਅਤ ਇਮਾਨਦਾਰੀ ਦੇ ਨਾਲ ਮੇਰਾ ਤਾਂ ਮਸਾਣਾ ਸਾਹਿਬ ਨੇ ਜ਼ਿਕਰ ਕਰਤਾ ਵੀ ਮੈਂ ਇਹਨਾਂ ਨੂੰ ਲਵਾਇਆ ਸੱਚੀ ਗੱਲ ਹੈ ਇਹਨਾਂ ਦੀ ਕੁਆਲਿਟੀ ਸੀ ਅਤੇ ਇਹਨਾਂ ਦੀ ਨਿਰਭਰਤਾ ਇਹਨਾਂ ਜਿਸ ਭਾਵਨਾ ਨਾਲ ਸੇਵਾ ਕੀਤੀ ਇਹਨਾਂ ਸੇਵਾ ਨੂੰ ਮਦੇ ਨਜ਼ਰ ਰੱਖਦੇ ਇਹਨਾਂ ਨੂੰ ਇਹ ਸੇਵਾ ਮਿਲੀ ਹੈ ਸੇਵਾ ਜਿਹੜੀ ਉਹ ਗੁਰੂ ਦੀ ਕਿਰਪਾ ਹੋਵੇ ਤਾਂ ਹੀ ਮਿਲਦੀ ਹੈ ਬੰਦਾ ਤਾਂ ਇੱਕ ਜ਼ਰੀਆ ਬਣਦਾ ਕੋਈ ਨਾ ਕੋਈ ਬੰਦਾ ਉਸ ਭਾਵਨਾ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਇਸ ਅਹੁਦੇ 'ਚ ਪਹੁੰਚੇ ਨੇ ਅਤੇ ਮੈਂ ਜਿੱਥੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਇਹਦੀ ਇਹਨਾਂ ਦੀ ਰਿਟਾਇਰਮੈਂਟ ਦੇ ਵਿਦਾਇਗੀ ਪਾਰਟੀ ਦੇ ਬਹੁਤ ਬਹੁਤ ਮੁਬਾਰਕਾਂ ਵੀ ਦਿੰਦਾ ਸਾ ਬਲਜੀਤ ਸਿੰਘ ਜਿਹੜੇ ਕਿ ਜਿਵੇਂ ਕਿ ਦੱਸਿਆ ਗਿਆ ਕਿ ਪਹਿਲਾਂ ਇਹਨਾਂ ਨੇ ਫੌਜ ਦੇ ਵਿੱਚ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਇੱਥੇ ਵੀ ਇਹਨਾਂ ਨੇ ਲੰਬਾ ਸਮਾਂ ਫਲੈਂਗ ਵਿਭਾਗ 'ਚ ਬਹੁਤ ਲੰਬਾ ਸਮਾਂ ਡਿਊਟੀ ਕੀਤੀ ਹੈ ਅਤੇ ਇਸ ਭਾਵਨਾ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਇਸ ਸੰਸਥਾ ਵਿੱਚ ਇਮਾਨਦਾਰੀ ਦੇ ਨਾਲ ਜਿਹੜੀ ਸੇਵਾ ਕੀਤੀ ਉਹਦਾ ਕੋਈ ਮਿਸਾਲ ਨਹੀਂ ਮਿਲਦੀ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਮੈਂ ਇਹਨਾਂ ਦੋਹਾਂ ਵੀਰਾਂ ਨੂੰ ਜਿੱਥੇ ਵਧਾਈ ਦਿੰਦਾ ਸ਼ੁਭਕਾਮਨਾਵਾਂ ਦਿੰਦਾ ਅਤੇ ਗੁਰੂ ਰਾਮਦਾਸ ਗੱਲ ਦੀ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਅੱਗੋਂ ਵੀ ਇਸ ਜਾਣ ਤੋਂ ਬਾਅਦ ਵੀ ਭਾਵੇਂ ਸੇਵਾ ਤੋਂ ਰਿਟਾਇਰ ਹੋ ਰਹੇ ਪਰ ਸਾਡੇ ਨਾਲ ਪ੍ਰਬੰਧ ਦੇ ਵਿੱਚ ਹਮੇਸ਼ਾ ਪਹਿਲਾਂ ਦੀ ਤਰ੍ਹਾਂ ਸਹਿਯੋਗੀ ਬਣ ਕੇ ਵਿਚਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰਦਾਰ ਸੁਖਦੀਪ ਸਿੰਘ ਜੀ ਦਾ
ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਅੱਜ ਸਾਨੂੰ ਮਾਣ ਦਿੱਤਾ ਹੈ। ਮੈਂ ਹੁਣ ਬੇਨਤੀ ਕਰਦਾ ਹਾਂ ਸਾਡੇ ਪਰਿਵਾਰ ਦੇ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ, ਉਹ ਸਮੁੱਚੇ ਸੈਕਟਰੀਆਂ ਵੱਲੋਂ, ਇੰਚਾਰਜ ਸਾਹਿਬਾਨਾਂ ਵੱਲੋਂ, ਸਾਰੇ ਦਫ਼ਤਰ ਵੱਲੋਂ ਉਹ ਆਣ ਕੇ ਇਹਨਾਂ ਨੂੰ ਜੀ ਆਇਆਂ ਕਹਿਣਗੇ ਅਤੇ ਇਸ ਸ਼ੁਭ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ਸਰਦਾਰ ਪ੍ਰਤਾਪ ਸਿੰਘ ਜੀ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਦੀ ਇਸ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਸਰਦਾਰ ਭਜਨ ਸਿੰਘ ਜੀ ਮਸਾਣਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਸਤਬੀਰ ਸਿੰਘ ਜੀ, OSD ਮਾਨਜੋ ਪ੍ਰਧਾਨ ਸਾਹਿਬ, ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾਂ, ਸਰਦਾਰ ਕੁਲਵਿੰਦਰ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ, ਐਡੀਸ਼ਨਲ ਸਕੱਤਰ ਸਾਹਿਬਾਨ, ਮੀਨ ਸਕੱਤਰ ਸਾਹਿਬਾਨ, ਹੋਰ ਮੇਰੇ ਸਾਥੀ ਮੁਲਾਜ਼ਮ ਸਾਹਿਬਾਨ ਅਤੇ ਅੱਜ ਵਿਦਾਇਗੀ ਪਾਰਟੀ ਰਹਿ ਰਹੇ ਮੁਲਾਜ਼ਮ ਸਾਹਿਬਾਨ ਦੇ ਪਰਿਵਾਰ ਸਾਹਿਬਾਨ, ਫਤਿਹ ਪ੍ਰਵਾਨ ਕਰਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪ ਜੀ ਨੂੰ ਪਰਵਾਨ ਸਾਹਿਬ ਨੇ, ਸਰਦਾਰ ਸੁਖਬੀਰ ਸਿੰਘ ਜੀ ਨੇ ਮਸਾਣਾ ਸਾਹਿਬ ਦੱਸਿਆ ਕਿ ਸਰਦਾਰ ਪਰਮਜੀਤ ਸਿੰਘ 40 ਸਾਲ 4 ਮਹੀਨੇ ਦੀ ਸੇਵਾ ਜਿਹੜੀ ਉਹ ਇਹ ਬੜੀ ਲੰਬੀ ਸੰਤ ਸੇਵਾ ਆ, ਕਿਉਂਕਿ ਜੇ ਅਸੀਂ ਹਿਸਾਬ ਕਰਦੇ ਤਾਂ ਇਹ ਤਕਰੀਬਨ 17-18 ਸਾਲ ਦੀ ਉਮਰ ਵਿੱਚ ਇਸ ਡਿਪਾਰਟਮੈਂਟ 'ਚ ਆਏ। ਨਵੀਂ ਸੇਵਾ ਕਰਨ ਤੋਂ ਬਾਅਦ ਇਹਨਾਂ ਨੇ ਵਿਦਾਇਗੀ ਪਾਰਟੀ ਦੇ, ਅੱਜ ਇਹਨਾਂ ਦੀ ਰਿਟਾਇਰਮੈਂਟ ਪਾਰਟੀ ਆ, ਲੰਮਾ ਸਮਾਂ ਸਫ਼ਰ ਕਰਕੇ ਇੱਥੋਂ ਤੱਕ ਪਹੁੰਚਣਾ ਇਹ ਹਰ ਇੱਕ ਦੇ ਕਿਸੇ ਨੂੰ। ਫਿਰ ਜ਼ਿਆਦਾਤਰ ਜਿਹੜੀ ਆ ਉਹ ਸਰਵਿਸ ਇਹਨਾਂ ਨੇ ਹਰਿਆਣਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਿੱਚ ਕੀਤੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਹ ਬਤੌਰ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਧਰਮ ਬੱਚਾ ਵਿਖੇ ਸੇਵਾ ਨਿਭਾ ਰਹੇ ਨੇ। ਇਹ ਜਿੱਥੇ ਨਿੱਘੇ ਸੁਭਾਅ ਦੇ ਮਾਲਕ ਨੇ ਉੱਥੇ ਹੀ ਡਿਊਟੀ ਨੂੰ ਸਮਰਪਿਤ ਭਾਵਨਾ ਨਾਲ ਕਰਨ ਵਾਲੇ ਸ਼ਖਸ ਨੇ। ਇਹਨਾਂ ਦੀ ਡਿਊਟੀ ਜਿੱਥੇ ਵੀ ਕਿਤੇ ਲਾਈ ਗਈ ਇਹ ਵੱਧ ਚੜ੍ਹ ਕੇ ਹਿੱਸਾ ਲਿਆ ਇਹਨਾਂ ਨੇ। ਇਹਨਾਂ ਨੇ ਕਦੇ ਵੀ ਡਿਊਟੀ ਤੋਂ ਬਹਾਨੇਬਾਜ਼ੀ ਕਰਕੇ ਜਾਂ ਕਿਸੇ ਕਾਰਨ ਜਵਾਬ ਨਹੀਂ ਦਿੱਤਾ, ਹਮੇਸ਼ਾ ਹੀ ਆਪ ਕਹਿਣਾ ਕਿ ਮੈਨੂੰ ਦੱਸੋ ਕਿਸੇ ਹੁਕਮ ਮੈਂ ਡਿਊਟੀ ਜਾਣ ਨੂੰ ਤਿਆਰ ਹਾਂ। ਇਸੇ ਤਰ੍ਹਾਂ ਸਰਦਾਰ ਬਲਜੀਤ ਸਿੰਘ ਨੇ ਜਿਹੜੇ ਸਾਡੇ ਸੁਪਰਵਾਈਜ਼ਰ ਨੇ ਇਹਨਾਂ ਦੀ ਕੁਰਬਾਨੀ ਵੀ ਆ, ਕਿਉਂਕਿ ਇਹਨਾਂ ਨੇ ਆਪਣੀ 18 ਸਾਲ ਦੀ ਫੌਜ ਦੀ ਨੌਕਰੀ ਛੱਡ ਦਿੱਤੀ, ਉਹ ਵੀ ਉਸ ਸਮੇਂ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸੈਂਟਰ ਗੌਰਮੈਂਟ ਵੱਲੋਂ ਟੈਂਕਰ ਤੋਪਾਂ ਨਾਲ ਹੌਲਾ ਕੀਤਾ, ਉਸ ਦੇ ਰੋਸ ਵਜੋਂ ਇਹਨਾਂ ਨੇ ਬੈਰਕਾਂ ਛੱਡ ਦਿੱਤੀਆਂ। ਮੈਂ ਤਾਂ ਸਮਝਦਾ ਕਿ ਇਹ ਜਿੰਦਾ ਸ਼ਹੀਦ ਨੇ, ਕਿਉਂਕਿ ਉਸ ਸਮੇਂ ਜਦੋਂ ਬੈਰਕਾਂ ਛੱਡੀਆਂ ਸੀ ਇਹ ਨਹੀਂ ਪਤਾ ਕਿ ਇਹ ਜਿੰਦਾ ਰਹਿਣਾ ਜਾਂ ਨਹੀਂ ਰਹਿਣਾ। ਬੈਰਕਾਂ ਛੱਡ ਕੇ ਪੰਜਾਬ ਵੱਲ ਨੂੰ ਕੂਚ ਕਰਨਾ ਫਿਰ ਅਰੈਸਟ ਹੋ ਜਾਣਾ, ਇਹ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਇਹ ਧਰਮੀ ਫੌਜੀ ਨੇ, ਇਹਨਾਂ ਨੂੰ ਧਰਮੀ ਫੌਜੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਧਰਮ ਲਈ ਆਪਣੀ ਨੌਕਰੀ ਜਿਹੜੀ ਉਹ ਛੱਡ ਦਿੱਤੀ। ਫਿਰ ਉਸ ਤੋਂ ਬਾਅਦ 18-19 ਸਾਲ ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਡਿਊਟੀ ਨਿਭਾ ਰਹੇ ਨੇ। ਇਹਨਾਂ ਨੇ ਜਿੱਥੇ ਵੀ ਡਿਊਟੀ ਲਾਈ ਇਹਨਾਂ ਨੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਈ। ਇਹਨਾਂ ਵਿੱਚ ਇੱਕ ਖਾਸੀਅਤ ਆ, ਇਹ ਜਿਹੜੀ ਵੀ ਗੱਲ ਕਹਿਣੀ ਹੋਵੇ ਉਹ ਸਾਹਮਣੇ ਕਹਿ ਦਿੰਦੇ ਭਾਵੇਂ ਅਗਲੇ ਨੂੰ ਗੁੱਸਾ ਹੀ ਲੱਗੇ। ਇਹ ਜਿਹੜੀਆਂ ਇਹਨਾਂ 'ਚ ਗੋਪੀਆਂ ਨੇ ਹਰ ਇੱਕ 'ਚ ਨਹੀਂ ਹੁੰਦੀਆਂ। ਮੈਂ ਇਹਨਾਂ ਦੀ
ਇਸ ਸਰਵਿਸ ਦੀ ਸ਼ਲਾਘਾ ਕਰਦਾ। ਸਾਡੇ ਜੇ ਸਤਨਾਮ ਸਿੰਘ ਜੀ ਰਿਟਾਇਰ ਅੱਜ ਹੋ ਰਹੇ ਨੇ, ਉਹਨਾਂ ਲਈ ਲਗਭਗ 34 ਸਾਲ ਸਰਵਿਸ ਕੀਤੀ ਹੈ। ਉਹਨਾਂ ਦੇ ਵੀ ਜਿੱਥੇ ਡਿਊਟੀ ਲੱਗੀ ਉਹਨਾਂ ਵੀ ਕਦੀ ਨਾ ਨਹੀਂ ਕੀਤੀ, ਹਮੇਸ਼ਾ ਹੀ ਡਿਊਟੀ ਲਈ ਤਤਪਰ ਰਹੇ, ਹਮੇਸ਼ਾ ਹੀ ਡਿਊਟੀ ਨੂੰ ਸਮਰਪਿਤ ਭਾਵਨਾ ਨਾਲ ਡਿਊਟੀ ਕਰਦੇ ਰਹੇ। ਇਸੇ ਤਰ੍ਹਾਂ ਹੀ ਇੱਕ ਸਾਡੇ 'ਚ ਮੋਹਨ ਸਿੰਘ ਸੇਵਾਦਾਰ ਨੇ, ਜਿਹਨਾਂ ਦੀ ਤਕਰੀਬਨ 30 ਸਾਲ ਸਰਵਿਸ ਹੋ ਚੁੱਕੀ ਹੈ। ਇਹ ਵੀ ਸੇਵਾ ਭਾਵਨਾ ਡਿਊਟੀ ਕਰਨ ਵਾਲੇ ਸੀ, ਹਮੇਸ਼ਾ ਹੀ ਆਪਣੇ ਲੱਗੇ ਜਿੰਮੇ ਲੱਗੀਆਂ ਡਿਊਟੀਆਂ ਲਗਾਉਂਦੇ ਰਹੇ ਨੇ। ਮੈਂ ਤਾਂ ਸਮਝਦਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਇਹਨਾਂ ਨੇ ਚਿੱਤ ਲਾ ਕੇ ਸੇਵਾ ਕੀਤੀ ਤਾਂ ਹੀ ਸਫਲ ਹੋਈ, ਕਿਉਂਕਿ ਜਿਹੜੀ ਗੁਰੂ ਘਰ ਦੀ ਸੇਵਾ ਆ ਉਹ ਹਰ ਇੱਕ ਦੇਸ਼ ਨਹੀਂ ਆਉਂਦੀ, ਤੇ ਨਾਲੇ ਸਾਡੇ ਤੇ ਆ ਕੇ ਨਾਲੇ ਪੁਣ ਨਾਲੇ ਭਰੀਆਂ। ਜਿਹੜੀ ਸਾਡੀ ਨੌਕਰੀ ਆ ਉਹਦੇ ਜੇ ਸੇਵਾ ਸਮਝ ਕੇ ਕਰ ਲਾਂਗੇ ਤੇ ਸਾਨੂੰ ਨਾਲੇ ਪੁਣ ਵੀ ਮਿਲਦਾ ਤੇ ਨਾਲੇ ਭਰੀਆਂ ਵੀ ਮਿਲਦੀਆਂ, ਕਿਉਂਕਿ ਤਨਖਾਹ ਵੀ ਲੈ ਰਹੇ ਹਾਂ। ਲੋਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਜਾਂਦੇ ਨੇ, ਖਾਸ ਕਰਕੇ ਜਿਹੜੀਆਂ ਬਾਹਰ ਦੀਆਂ ਸਟੇਟਾਂ ਦੇ ਨੇ ਜਾਂ ਬਾਹਰ ਦੀਆਂ ਕੰਟਰੀਆਂ ਦੇ ਨੇ, ਉਹ ਲੱਖਾਂ ਰੁਪਈਏ ਖਰਚ ਕੇ ਵੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਈ ਵਾਰ ਨਹੀਂ ਕਰ ਸਕਦੇ। ਆਪਾਂ ਬੜੇ ਭਾਗੇ ਹਾਂ ਜਿਹੜੇ ਇੱਥੇ 24 ਘੰਟੇ ਜਦੋਂ ਮਰਜ਼ੀ ਆਪਾਂ ਦਰਸ਼ਨ ਕਰ ਸਕਦੇ ਹਾਂ, ਕਿਉਂਕਿ ਆਪਾਂ ਬਿਲਕੁਲ ਹਰਿਮੰਦਰ ਸਾਹਿਬ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ। ਸ਼੍ਰੋਮਣੀ ਕਮੇਟੀ ਜਿਹੜੀ ਉਹ ਬੜੀ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਹੈ, ਅਤੇ ਇਸੋ ਜੀ ਸੰਸਥਾ ਦੇ ਵਿੱਚ ਜਿਹੜੀ ਜੋਬ ਕਰਨੀ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਮਾਣ ਦੀ ਗੱਲ ਆ। ਮੈਂ ਸਾਰਿਆਂ ਨੂੰ ਜਿਹੜੇ ਅੱਜ ਵਿਦਾਇਗੀ ਪਾਰਟੀ ਲੈ ਰਹੇ ਨੇ ਇਹਨਾਂ ਸਾਰਿਆਂ ਨੂੰ ਮਾਣਯੋਗ ਪ੍ਰਧਾਨ ਜਗਦਾਰਪੀ ਦਸਵੀਂ ਧੰਮ ਜੀ ਵੱਲੋਂ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਹ ਆਪਣਾ ਵਿਦਾਇਕ ਰਿਟਾਇਰਮੈਂਟ ਤੋਂ ਬਾਅਦ ਅਗਲਾ ਸਫ਼ਰ ਜਿਹੜਾ ਉਹ ਪਰਿਵਾਰ 'ਚ ਖੁਸ਼ੀਆਂ ਖੁਸ਼ੀਆਂ ਨਾਲ ਮੰਨਣ, ਤਾਂ ਕਿ ਇਹ ਆਪਣੇ ਪਰਿਵਾਰ ਦਾ ਅਗਲਾ ਜਿਹੜਾ ਜੀਵਨ ਹੈ ਉਹ ਚੜ੍ਹਦੀ ਕਲਾ 'ਚ ਰਹਿਣ। ਗੁਰੂ ਮਹਾਰਾਜ ਨੂੰ ਆਪਣੇ ਇਸੇ ਤਰ੍ਹਾਂ ਚਰਨਾਂ ਲਾਈ ਰੱਖਣ, ਜਦੋਂ ਵੀ ਕਿਤੇ ਇਹਨਾਂ ਨੂੰ ਸਾਡੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਖੜ੍ਹੇ ਹਾਂ, ਅਤੇ ਆਸ ਕਰਦੇ ਹਾਂ ਕਿ ਜਦੋਂ ਵੀ ਸਾਨੂੰ ਇਹਨਾਂ ਦੀ ਕਿਤੇ ਵੀ ਲੋੜ ਪਵੇਗੀ ਅਸੀਂ ਇਹਨਾਂ ਨੂੰ ਆਵਾਜ਼ ਮਾਰਾਂਗੇ। ਇਹ ਵੀ ਸਾਨੂੰ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਸਹਿਯੋਗ ਦਿੰਦੇ ਰਹੇ ਨੇ ਇਸੇ ਤਰ੍ਹਾਂ ਸਹਿਯੋਗ ਦੇਣਗੇ। ਇੰਨਾ ਹੀ ਗੱਲਾਂ ਕਹਿੰਦਾ ਮੈਂ ਕਮਤ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਸਕੱਤਰ ਸਾਹਿਬ ਦਾ, ਜਿਨ੍ਹਾਂ ਨੇ ਸਾਰੇ ਹੀ ਸ਼੍ਰੋਮਣੀ ਕਮੇਟੀ ਦੇ ਇੰਪਲਾਈ ਅਤੇ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਇਹ ਮੇਰੇ ਸੱਜਣਾਂ ਦੀਆਂ ਜਿਨ੍ਹਾਂ ਦੇ ਅੱਜ ਵਿਦਾਇਗੀ ਲੈ ਰਹੇ ਨੇ ਇਹਨਾਂ ਦੀਆਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਆ। ਅਤੇ ਜੇ ਕਿਤੇ ਇਸ ਸਰਵਿਸ ਦੇ ਦੌਰਾਨ ਸਾਡੇ ਕੋਲ ਕੋਈ ਉੱਚੀ ਨੀਵੀਂ ਕਿਤੇ ਕੁਝ ਬੋਲਿਆ ਗਿਆ ਹੋਵੇ ਅਤੇ ਉਸ ਦੀ ਵੀ ਖਿਮਾ ਜਾਚਨਾ ਕੀਤੀ ਆ। ਜਿੱਥੇ ਸਾਡੇ ਦੋ ਸੱਜਣ ਰਿਟਾਇਰ ਹੋ ਰਹੇ ਨੇ ਜਿਨ੍ਹਾਂ ਦਾ ਪਹਿਲਾਂ ਆਪਾਂ ਜ਼ਿਕਰ ਕੀਤਾ ਹੈ, ਉੱਥੇ ਨਾਲ ਹੀ ਸਾਡਾ ਵੀਰ ਸਤਨਾਮ ਸਿੰਘ ਰਿਕਾਰਡ ਕੀਪਰ ਜੋ 85 ਬ੍ਰਾਂਚ ਦੇ ਵਿੱਚੋਂ ਰਿਟਾਇਰ ਹੋਇਆ ਆ, ਇਹਨਾਂ ਨੇ ਵੀ ਲਗਭਗ 34 ਸਾਲ ਸ਼ਾਨਦਾਰ ਸੇਵਾਵਾਂ ਜਿਹੜੀਆਂ ਕਰਕੇ ਅਤੇ ਅੱਜ ਰਿਟਾਇਰ ਹੋ ਰਹੇ ਨੇ। ਅਤੇ ਮੈਂ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਇਹਨਾਂ ਤਿੰਨੋਂ ਵੀਰਾਂ ਨੂੰ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣ, ਤਾਂ ਜੋ ਇਹ ਆਪਣਾ ਅਗਲਾ ਸਫ਼ਰ ਆ ਉਹ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜਿਆਂ ਭਰਿਆ ਜਿਹੜਾ ਹੰਡਾਉਣ, ਅਤੇ ਜਦ ਵੀ ਇਸ ਸੰਸਥਾ ਨੂੰ ਕਿਤੇ ਕੋਈ ਲੋੜ ਪੈਂਦੀ ਆ ਅਤੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਸੰਸਥਾ ਦੇ ਵਿੱਚ 40-40 ਸਾਲ 30-35 ਸਾਲ ਇਹਨਾਂ ਨੇ ਸੇਵਾਵਾਂ ਨਿਭਾਈਆਂ ਆ, ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਲਈ ਇਹ ਤਤਪਰ ਰਹਿਣ, ਤਾਂ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਜਦ ਵੀ ਕਿਤੇ ਇਹਨਾਂ ਨੂੰ ਸਾਡੀ ਕੋਈ ਲੋੜ ਪੈਂਦੀ ਆ ਤਾਂ ਅਸੀਂ ਦਿਨ ਰਾਤ ਹਾਜ਼ਰ ਹਾਂ, ਅਸੀਂ ਨੰਗੇ ਪੈਰੀ ਚੱਲ ਕੇ ਇਹਨਾਂ ਦੀ ਕਿਸੇ ਵੀ ਜਿਹੜੀ ਆ ਉਹ ਮਦਦ ਲਈ ਜਿਹੜਾ ਤਿਆਰ ਰਹਾਂਗੇ। ਧੰਨਵਾਦ ਸਾਰੇ ਸੱਜਣਾਂ ਮਿੱਤਰਾਂ ਸਾਰੇ ਮੁਲਾਜ਼ਮਾਂ ਦਾ ਜੋ ਅੱਜ ਦੀ ਵਿਦਾਇਗੀ ਪਾਰਟੀ ਦੇ ਵਿੱਚ ਆਏ ਨੇ। ਹੁਣ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਇੱਕ ਸਰੋਪਾ ਜੀ, ਕਿਉਂਕਿ ਮਾਣਯੋਗ ਪ੍ਰਧਾਨ ਸਾਹਿਬ ਵੱਲੋਂ ਆਦੇਸ਼ ਹੋਇਆ ਆ, ਅਤੇ ਸਰਦਾਰ ਸਤਵੀਰ ਸੋਹਣੀ ਮਸਾਣਾ ਸਾਹਿਬ,
ਪੱਟੀ ਸਾਹਿਬ ਤੇ ਸਾਡੇ ਸਮੁੱਚੇ ਸੈਕਟਰੀ ਸਾਹਿਬਾਨ ਉਹ ਇੱਥੇ ਆ ਜਾਣ ਤੇ ਸਭ ਤੋਂ ਪਹਿਲਾਂ ਮੀਤ ਸਕੱਤਰ ਸਰਦਾਰ ਪਰਮਜੀਤ ਸਿੰਘ ਜੀ ਨੂੰ ਸੁਰੋ ਪਾਉ ਤੇ ਮਮਾਂਟੋ ਦਿੱਤਾ ਜਾਵੇਗਾ। ਉਸ ਤੋਂ ਬਾਅਦ ਸਰਦਾਰ ਬਲਜੀਤ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਸਰਦਾਰ ਸੁਖਨਾਮ ਸਿੰਘ ਜੀ Thank you.
ਸਰਕਾਰੀ ਵਾਹ ਖਾਦਾ ਇੱਧਰ ਆ ਕੇ ਭਾਈ ਹਾਂ ਮਾੜਾ ਜਿਹਾ ਮਾਲ ਮੈਂ ਆਇਆ ਭਰਾ ਯਾਰ ਤਾਰ ਪੈਰ ਥੱਲੇ ਆ ਜਾਣੀ ਤਾਰ ਵਾਲੇ ਨਾਲ ਹੀ ਤੁਹਾਡਾ
Thank you.
Thank you.
ਚਲੋ ਰੁਕਿਆ
Yeah.
हम धर्म करम मोह आए देव लोक तब पिता सजाए जब हम धर्म करम हो आए जब हम धर्म करम हो आए देव लोक सब पिता सिधाए देव लोक जब हम धर्म करम देव लोक तब पिता सिधाए देव लोक तब देवलोक तब पिता सिधाए जब हम धर्म करम मो देवलोक तब पिता सिधाए शहर बिखे पवन हो तही पर पटना शहर बिखे पवन हो पटना शहर बिखे पवन धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब पटना शहर बिखे पवनयो तही पर काश हमारा भयो पटना शहर बिखे पवनयो पटना शहर बिखे पवनयो पटना शहर बिखे पवनयो शहर बिखे पवने ओ पटना शहर बिखे पवने ओ पटना शहर बिखे पवने ओ पटना शहर बिखे पवने ओ शहर बिखे पवने ओ पटना शहर पटना शहर बिखे पवनयो पटना शहर बिखे पवनयो पटना शहर बिखे पवनयो वाहे गुरु
Yeah.
मन मारो मधुसूदनो हर सिद्धि रंगो परमेश्वरो हर सिद्धि रंगो परमेश्वरो सत परमेश्वरो प्रभु अंतर जामी सत परमेश्वरो प्रभु अंतर जामी सब दुखन को हंता सब सुखन को दाता हर प्रीतम गुण गाओ कोई आ संतो हर का जन संतो मेरा प्रीतम जन संतो मोहे मार्ग दिखलावे कट कटे कट बस्ता हर जन तले घर बस्ता हर कट कटे कट बस्ता हर जन तले हर बस्ता हर थान तलंतर बस्ता थान तलंतर बस्ता मैं देखिया घर रा कोई आवे संतो हर जन प्रीतम जन संत मोहे मार्ग दिखलावे मोहे मार्ग दिखलावे को घर मिलया हर श्रद्धा ते मिलया हर जन को हर मिलया हर श्रद्धा ते मिलया हर जन को हर मिलया हर श्रद्धा हर श्रद्धा ते मिलया मेरे मन तन मेरे मन तन आनंद पाए आनंद पाए मेरे मन तन आनंद पाए मैं दिखिया हर जाओ मैं दिखिया मैं देखिया हर राओ जन नानक को नानक को जन नानक को कृपा पई हर की कृपा पई जगदीश्वर कृपा पई कृपा करूं दीन के दाते मेरा गुण अब गुण ना विचारो कोई कर कृपा प्रभ दीन दयाला तेरी ओट पूरन गोपाला जन नानक को कृपा पई हर की कृपा पई हर की कृपा पई जगदीशर कृपा जगदीशर कृपा वाहे गुरु वाहे गुरु वाहे गुरु वाहे गुरु वाहे गुरु वाहे गुरु जपो वाहे गुरु वाहे गुरु वाहे गुरु वाहे गुरु वाहे गुरु वाहे गुरु
ਪਈ ਹਰ ਕੀ ਕਿਰਪਾ ਪਈ ਹਰ ਕੀ ਕਿਰਪਾ ਜਗਦੀਸ਼ਰ ਕਿਰਪਾ ਪਈ ਜਗਦੀਸ਼ਰ ਕਿਰਪਾ ਮੈਂ ਅਨ ਦਿਨੋ ਸਦ ਸਦ ਸਦਾ ਅਨ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਮ ਹੋਇਆ ਸੰਤੋ ਹਰ ਕਾ ਜਨ ਸੰਤੋ ਮੇਰਾ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਮਾਰਗ ਦਿਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਮਾਰਗ ਦਿਖਣਾ ਮਾਰਗ ਦਿਖਣਾ ਮੋਹਿ ਮਾਰਗ ਦਿਖਣਾ ਮਾਰਗ ਦਿਖਲਾ ਇਸ ਜਨ ਕੇ ਹੋ ਮਲ ਮਲ ਤੋਵਾ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਮੋਹਿ ਮਾਰਗ ਦਿਖਲਾਵੇ ਰਾਮ ਕਲੀ ਮਹਲਾ ਤੀਜਾ ਆਨੰਦ ਕੁਵੰਕਾਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਜਿਸੇ ਤੇ ਮਨ ਵਧਿਆ ਵਾਧਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਨਾਗਲਾ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਸਾਚੇ ਸਾਹਿਬਾ ਗਿਆ ਨਹੀਂ ਕਰ ਤੇਰੇ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸੁਨਾਗਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਬਾਗ ਵਸਿਆ ਬਾਜੇ ਸਭ ਤੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਸੱਚ ਨਾਮ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆਂ ਸਦਾ ਗੁਰਬਾਣ ਕਿਤਾ ਗੁਰੂ ਵਿਟੋ ਜਿਸ ਦੀ ਇਹ ਬਣਿਆਈਆਂ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਚ ਸ਼ਬਦ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਮਾਰਿਆ ਤੁਧ ਕਰਨ ਪਾਇਆ ਕਹੇ ਨਾਨਕ ਤੈ ਸੁਖ ਹੋਵਾ ਚਿਤ ਕਰ ਹਰਵਾਜ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਦੁਖ ਦੁਖ ਸੰਤਾਪ ਤੇਰੀ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਭਜੇ ਅਨਹਦੂ ਵਾਹਿਗੁਰੂ 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 ਵਾਹਿਗੁਰੂ
ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਗ ਵਾਜੇ ਅਨਹਦ ਪੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਨਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਗੁਰਦੁਆਰਾ ਚੋ ਸਾਹਿਬ ਰਹੇ ਨੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਜੋ ਰਿਟਾਇਰ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਨੇ ਸਾਰੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿੰਦੇ ਸਵਾਸਾਂ ਤੱਕ ਸਤਿਗੁਰੂ ਇਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਹੈ ਸਾਰੀ ਸੰਗਤ ਨੇ ਭਾਵੇਂ ਜਿੰਨਾ ਚਿਰ ਵੀ ਇਹ ਸਾਹ ਚੱਲਦੇ ਨੇ ਮਹਾਰਾਜ ਨਿਤਨੇਮ ਕਦੀ ਵੀ ਨਾ ਛੁੱਟੇ ਬਾਣੀ ਕਦੀ ਵੀ ਨਾ ਛੁੱਟੇ ਨਿਤਨੇਮ ਦੇ ਨਾਲ ਸਤਿਗੁਰੂ ਹਮੇਸ਼ਾ ਜੋੜੀ ਰੱਖਣ ਸਤਿਗੁਰੂ ਆਪਣੀਆਂ ਸੇਵਾਵਾਂ ਆਪ ਲੈਂਦੇ ਰਹਿਣ ਮਹਾਰਾਜ ਇਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਜੀਵਨ ਮੈਨ ਸਾਹਿਬ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਨੇ ਹੋਰ ਵੀ ਸਾਰੇ ਪ੍ਰਬੰਧਕ ਜੋ ਵੀ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚੇ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਰਿਆਂ ਨੂੰ ਨਾਮ ਦੀਆਂ ਦਾਤਾਂ ਸਿੱਖੀ ਸਿਰਕ ਭਰੋਸਾ ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰਨ ਆਓ ਸਾਰੀ ਸੰਗਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਹਿੰਦਰ ਸਾਹਿਬ ਦੀ ਚੜ੍ਹਦੀ ਕਲਾ ਵਾਸਤੇ ਸਾਰਿਆਂ ਨੇ ਜਕਾਰਾ ਬੁਲਾਉਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪੈਰਦਾਸ ਹੋਏ ਨ ਜਾਣ ਹਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਤਹਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੋਦੇ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਾਬ ਤੀਰ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਜ ਪਰਮ ਪਦ ਪਾਈ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ
ਰਾਮ ਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਸਰੂਪ ਜਾਗਦੀ ਜੋਤ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੀਪ ਚਲਾਈ ਤੇ ਗਵਾਹੀ ਦੇਖ ਕੇ ਆਣ ਡਿੱਠ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਸਿਦਕਵਾਨਾਂ ਭਰੋਸੇਵਾਨਾਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਜੀ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਝੁੰਗੀਆਂ ਪੁਰਾਤਨ ਅਤੇ ਵਰਤਮਾਨ ਦੇ ਪਾਵਨ ਪਵਿੱਤਰ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ ਜੀ ਯਹਾਂ ਯਹਾਂ ਖਾਲਸਾ ਜੀ ਸਾਹਿਬ ਤਹ ਤਹ ਰੱਛਿਆ ਰਿਆ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਜੀ ਕੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਜੀ ਬੋਲੋ ਜੀ ਵਾਹਿਗੁਰੂ ਆਪ ਜੀ ਕੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸਵਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਮਾਣਿਓ ਕੇ ਮਾਣ ਸਤਿਗੁਰੂ ਜੀਓ ਨੇ ਤਾਣਿਓ ਕੇ ਤਾਣ ਨਿਓਟਿਓ ਕੀ ਓਟ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਜੋੜ ਮਿਲ ਬੈਠੀ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਮਹਾਰਾਜ ਆਪ ਜੀ ਕੇ ਸਿੱਖ ਪੰਥ ਵੱਲੋਂ ਬਣਾਈ ਗਈ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੀ
ਆਪ ਜੀ ਕੇ ਦਰ ਘਰ ਦੀ ਸੇਵਾਦਾਰ ਸਰਦਾਰ ਕੈਪਟਨ ਗੁਰਬਖਸ਼ ਸਿੰਘ ਜੀ ਤਿਨ੍ਹਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਮਹਾਰਾਜ ਆਪ ਜੀ ਕੇ ਦਰਬਾਰ ਤੋਂ ਸੇਵਾ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰਿਟਾਇਰ ਹੋਏ ਹਨ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਆਪ ਜੀਆਂ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਆਪ ਜੀ ਕੀ ਧੁਰ ਕੀ ਅਕਾਲੀ ਬਾਣੀ ਦੀ ਖਿਮਾ ਬਖਸ਼ ਕਰਨੀ ਮਹਾਰਾਜ ਭਾਈ ਸਾਹਿਬ ਜੀ ਕੋਲੋਂ ਆਪ ਜੀਆਂ ਦੇ ਦਰਬਾਰ ਅੰਦਰ ਇੰਨੀ ਦੇਰ ਸੇਵਾ ਕਰਦਿਆਂ ਹੋਇਆਂ ਮਹਾਰਾਜ ਬੇਅੰਤ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਮਹਾਰਾਜ ਭੁੱਲਾਂ ਨੂੰ ਨਾ ਚਿਤਾਰਦਿਆਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਮਹਾਰਾਜ ਬਖਸ਼ ਲੈਣਾ ਸਦਾ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਆਪ ਜੀਆਂ ਨੂੰ ਸੇਵਕ ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਅੰਦਰ ਪੜਦੇ ਢੱਕਣੇ ਇੱਜ਼ਤ ਪੱਤ ਦੇ ਸਹਾਈ ਹੋਣਾ ਪਾਠੀ ਸਿੰਘਾਂ ਦੇ ਜੀਵਨ ਨਿਰਵਾਹ ਵਾਸਤੇ ਬੇਅੰਤ ਮਾਇਆ ਭੇਟ ਹੋਈ ਸਤਿਗੁਰੂ ਜੀਓ ਖਜ਼ਾਨੇ ਭਰਪੂਰ ਕਰਨੇ ਚੜ੍ਹਦੀਆਂ ਕਲਾ ਕਰਨੀਆਂ ਸੇਵਕ ਪਰਿਵਾਰ ਵੱਲੋਂ ਆਪ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦੀਆਂ ਦੇਗਾਂ ਸੱਜ ਕੇ ਆਪ ਜੀ ਕੇ ਹਜ਼ੂਰ ਬੰਕੀਆਂ ਨੇ ਦੀਪ ਤਿਆਰ ਕਰਦਿਆਂ ਲਿਆਉਂਦਿਆਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ ਕਰਨੀ ਦਰ ਤੇ ਆਈ ਦੇਗ ਨੂੰ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸੀਤ ਪ੍ਰਸਾਦ ਸਮੂਹ ਸਾਧ ਸੰਗਤ ਦੀ ਰਸਨੀ ਲਾਇਕ ਹੋਵੇ ਜੋ ਜੋ ਸ਼ਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਮਹਾਰਾਜ ਆਪ ਜੀ ਕੇ ਹਜ਼ੂਰ ਸਜੇ ਹੋਏ ਪੰਡਾਲਾਂ ਅੰਦਰ ਮਹਾਰਾਜ ਆਪ ਜੀ ਕੇ ਹਜ਼ੂਰ ਆਪ ਜੀਆਂ ਦੇ ਰਾਗੀ ਸੰਗਾਂ ਵੱਲੋਂ ਮਹਾਰਾਜ ਰਸ ਭਿੰਨਾ ਕੀਰਤਨ ਕੀਤਾ ਗਿਆ ਹੈ ਆਪ ਜੀਆਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ ਕਰਨੀ ਮਹਾਰਾਜ ਰਾਗੀ ਸਿੰਘਾਂ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਆਪਣੇ ਤਰਦੀਆਂ ਸਿਵਿਆਂ ਸਵਾਵਾਂ ਮਹਾਰਾਜ ਲੈਂਦੇ ਰਹਿਣਾ ਸਤਿਗੁਰੂ ਜੀਓ ਭਾਈ ਸਾਹਿਬ ਦੀ ਚੜ੍ਹਦੀ ਕਲਾ ਕਰਨੀ ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਸਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਮਹਾਰਾਜ ਬੇਅੰਤ ਸੰਗਤਾਂ ਨੇ ਆਪ ਜੀਆਂ ਦੇ ਦਰਸ਼ਨ ਦੀਦਾਰੇ ਕੀਤੇ ਹਨ ਆਪ ਜੀਆਂ ਨੂੰ ਪ੍ਰੇਮ ਸਹਿਤ ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ ਨੇ ਦਰ ਪ੍ਰਵਾਨ ਕਰਨੀਆਂ ਸਮੂਹ ਸੰਗਤਾਂ ਨੂੰ ਦਾਰੋਂ ਘਰੋਂ ਗੁਰਸਿੱਖੀ ਦੀ ਦਾਤ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਿੱਖ ਪੰਥ ਦੀ ਮਹਾਰਾਜ ਚੜ੍ਹਦੀ ਕਲਾ ਕਰੋ ਮਹਾਰਾਜ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕਰੋ ਸੰਗਤਾਂ ਨੂੰ ਨਿਹਾਲ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਜੀ ਨਾਨਕ ਨਾਮ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਰਾਜ ਕਰੇ ਕਾ ਖਾਲਸਾ ਆਕੀ ਰਹੇ ਨਾ ਖਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਪਤਰੇ ਜੋ ਸਰਧਾ ਕਰ ਸੇਵ ਦੇ ਜੋ ਸਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
नानक नाम निरंजन जानियो इन्नी भगत प्रेम लेवलाई ताती अंगद अंग संग भयो सायर तेन सबद सुरत की नीवा रखाई गुर अमरदास की आकथ कथा है एक जीह काश कही न जाई सोडी श्रेष्ठ सकल कारण कौ अब गुर रामदास को मिली बढ़ाई सोडी श्रेष्ठ सकल कारण कौ अब गुर रामदास को मिली बढ़ाई लाख खुशियां पात साहिया जी सतगुर नदर करे निमख एक हर नाम दे मेरा मन तन शीतल होए सज्जन सच्चा पात साहु सिर साहंद साहु जिस पास बैठियां सोही है सवनहा दावी साहु जिस पास बैठियां सोही है सवना दावी साहु सतनाम श्री वाहे गुरु साहिब जी तनासरी महला पंजवा एक ओंकार सतगुर प्रसाद कार बाहर तेरा भरवासा तू जन कै है संग कार कृपा प्रीतम प्रभ आपने नाम जपो हर रंग कार बाहर तेरा भरवासा तू जान कै है संग कार कृपा प्रीतम प्रभ आपने नाम जपो हर रंग जान को प्रभ अपने का तान जो तू कतान गोपाल गुण साखी चरण शरण नानक दास हर हर संति एह बेद जाति पात परमेश्वर गत नारायण धन गोपाल गुण साखी चरण शरण नानक दास हर हर संति एह बेद जाति वाहे गुरु जी का खालसा वाहे गुरु जी की फतेह तनासरी महला पंजवा
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਭਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਗੁਰਦੁਆਰਾ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਤ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਜੋ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਸਾਡੇ ਕੋਲ ਪਹੁੰਚੇ ਆ। ਉਹਨਾਂ ਨੂੰ ਅਸੀਂ ਉਹਨਾਂ ਦੀ ਰਿਟਾਇਰਮੈਂਟ 'ਤੇ ਲੱਖ ਲੱਖ ਵਧਾਈਆਂ ਦਿੰਦੇ ਹਾਂ। ਉਹਨਾਂ ਦੇ ਨਾਲ ਜੋ ਸੱਜਣ ਪਤਵੰਤੇ ਪਹੁੰਚੇ ਹਨ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਜਿੰਨਾ ਸਮਾਂ ਵੀ ਭਾਈ ਸਾਹਿਬ ਜੀ ਦੇ ਨਾਲ ਵਿਚਰੇ ਆ ਉਹਨਾਂ ਦੇ ਪ੍ਰਥਾਏ ਉਹਨਾਂ ਦੀ ਜੀਵਨੀ ਬਾਰੇ ਜਾਂ ਉਹਨਾਂ ਦੇ ਸੇਵਾਵਾਂ ਬਾਰੇ ਉਹ ਦੋ ਸ਼ਬਦ ਜ਼ਰੂਰ ਸੰਗਤ ਦੇ ਸਾਹਮਣੇ ਸਾਂਝੇ ਕਰਨ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਦੀਪ ਸਿੰਘ ਜੀ ਮੰਡੀਆਂ ਮਟੀਆ ਉਹ ਸਾਡੇ ਕੋਲ ਪਹੁੰਚੇ ਆ। ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ 'ਤੇ ਆਉਣ ਅਤੇ ਭਾਈ ਸਾਹਿਬ ਜੀ ਬਾਰੇ ਕੋਈ ਦੋ ਸ਼ਬਦ ਜ਼ਰੂਰ ਸੰਗਤ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਤਰ ਗੌਰ ਦਾ ਨਿੰਘ ਮਾਰ ਰਹੀ ਸਾਧ ਸੰਗਤ ਜੀਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਵਿੱਚ ਇਨਸਾਨ 'ਤੇ ਚੰਗੇ ਦਿਨ ਵੀ ਆਉਂਦੇ ਨੇ ਮਾੜੇ ਵੀ ਆਉਂਦੇ ਨੇ ਕੁਰਬਾਨੀਆਂ ਵਾਲੇ ਦਿਨ ਵੀ ਆਉਂਦੇ ਆ। ਸਭ ਤੋਂ ਮੈਂ ਸਲਾਮ ਪਹਿਲਾਂ ਉਸ ਪਵਿੱਤਰ ਕੁੱਖ ਨੂੰ ਕਰਦਾ ਜਿਨ੍ਹਾਂ ਨੇ ਇਸ ਹੀਰੇ ਨੂੰ ਜਨਮ ਦਿੱਤਾ। ਦੂਜੀ ਖੁਸ਼ੀ ਉਦੋਂ ਹੁੰਦੀ ਆ ਜਦੋਂ ਬੱਚਾ ਆਪਣੀ ਪੜ੍ਹਾਈ ਕਰਕੇ ਮਾਤਾ ਪਿਤਾ ਜੀ ਦੀ ਆਗਿਆ 'ਚ ਰਹਿ ਕੇ ਕਿਸੇ ਨੌਕਰੀ 'ਤੇ ਲੱਗਦਾ, ਉਦੋਂ ਬਹੁਤ ਖੁਸ਼ੀ ਹੁੰਦੀ ਪਰਿਵਾਰ ਵਿੱਚ। ਤੀਜੀ ਖੁਸ਼ੀ ਉਦੋਂ ਹੁੰਦੀ ਆ ਜਦੋਂ ਉਸਦਾ ਵਿਆਹ ਹੁੰਦਾ, ਫਿਰ ਜ਼ਿੰਦਗੀ ਦਰ ਪੜਾਅ ਇੱਦਾਂ ਚੱਲੀ ਜਾਂਦੀ ਆ। ਫੌਜ ਵਿੱਚ ਭਰਤੀ ਹੋਏ ਸਾਡੇ ਵੀਰ ਬਲਜੀਤ ਸਿੰਘ ਜੀ ਬੁੱਟਰ, ਮਾਤਾ ਪਿਤਾ ਨੂੰ ਬਹੁਤ ਖੁਸ਼ੀ ਹੋਈ ਹੋਵੇਗੀ ਉਦੋਂ ਕਿ ਸਾਡਾ ਬੱਚਾ ਜਿਹੜਾ ਨੌਕਰੀ 'ਤੇ ਲੱਗ ਗਿਆ। ਇਹ ਨਹੀਂ ਪਤਾ ਕਿ ਅਗਾਂਹ ਇਸ ਬੱਚੇ 'ਤੇ ਕਿੰਨੀਆਂ ਮੁਸੀਬਤਾਂ ਆਉਣੀਆਂ ਨੇ, ਕੀ ਕੁਛ ਹੋਣਾ। ਜਦੋਂ ਵੀ ਸਾਡੇ ਜ਼ਿੰਦਗੀ ਤੋਂ ਪਿਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਸਾਡੇ ਦੇਸ਼ ਦੀ ਸਰਕਾਰ ਨੇ ਹੀ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ, ਕੋਈ ਉਹਨੇ ਕੋਈ 10 ਦਿਨ ਦਾ ਬੱਚਾ ਨਹੀਂ ਵੇਖਿਆ, ਕੁਝ 5 ਦਿਨ ਦਾ ਨਹੀਂ ਵੇਖਿਆ, ਕੋਈ 20 ਦਿਨ ਦਾ ਨਹੀਂ ਵੇਖਿਆ। ਛੋਟੇ ਤੋਂ ਛੋਟੇ ਬੱਚੇ ਵੀ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਬਜ਼ੁਰਗਾਂ ਨੇ ਵੀ ਕੀਤੀਆਂ, ਨੌਜਵਾਨਾਂ ਨੇ ਵੀ ਕੀਤੀਆਂ। ਜੇ ਉਸ ਘੜੀ ਨੂੰ ਯਾਦ ਕਰੀਏ ਫਿਰ ਬਹੁਤ ਔਖਾ ਹੁੰਦਾ ਸਟੇਜਾਂ 'ਤੇ ਬੋਲਣਾ। ਅਤੇ ਦੇਖੋ ਜਦੋਂ ਇਸ ਵੀਰ ਨੇ ਆਪਣੀ ਨੌਕਰੀ ਦੇ ਦੌਰਾਨ ਬੈਰਕ ਛੱਡੀ ਹੋਊ ਉਦੋਂ ਵੀ ਮੌਤ ਸਾਹਮਣੇ ਦਿਸਦੀ ਸੀ, ਅਤੇ ਜਿੱਥੇ ਪਹੁੰਚਣਾ ਉੱਥੇ ਵੀ ਮੌਤ ਅੱਗੇ ਖੜੀ ਹੈ, ਪਤਾ ਨਹੀਂ ਪਹੁੰਚਿਆ ਜਾਣਾ ਕਿ ਨਹੀਂ ਪਹੁੰਚਿਆ ਜਾਣਾ। ਇਹ ਬੜੀ ਕਿਸੇ ਵਿਰਲੇ ਸੂਰਮੇ ਦੇ ਹਿੱਸੇ ਹੀ ਆਉਂਦੀ ਇਸੋ ਜੀ ਕੁਰਬਾਨੀ, ਕਿਉਂ ਇਹਨਾਂ ਕੁਰਬਾਨੀਆਂ 'ਚ ਪੰਜਾਬ ਦੇ ਵਿੱਚ ਕੋਈ ਵਿਰਲੇ ਘਰ ਬਚੇ ਹੋਣਗੇ ਜਿਨ੍ਹਾਂ ਨੂੰ ਉਸ ਸੰਘਰਸ਼ ਦਾ ਛੇਕ ਨਹੀਂ ਲੱਗਾ। ਸੋ ਅਸੀਂ ਇਸ ਵੀਰ ਦੀ ਕੁਰਬਾਨੀ ਨੂੰ ਹਮੇਸ਼ਾ ਸਿਰ ਮੱਥੇ 'ਤੇ ਮੰਨਦੇ ਹਾਂ। ਅਤੇ ਬਾਕੀ ਇਹਨਾਂ ਜਦੋਂ ਵੀ ਉੱਧਰੋਂ ਬਾਰਕਾਂ 'ਚੋਂ ਮੁੜ ਕੇ ਛੱਡਿਆ ਗਿਆ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ, ਇਹਨਾਂ ਕਲਰਕ ਦੀ ਨੌਕਰੀ ਤੋਂ ਸ਼ੁਰੂ ਕੰਮ ਕੀਤਾ, ਮੈਨੇਜਰ ਦਰ ਮੈਨੇਜਰ ਵੱਖ ਵੱਖ ਗੁਰਦੁਆਰਿਆਂ ਵਿੱਚ ਪੰਜਾਬ ਹਰਿਆਣਾ ਫਲੈਂਗ ਵਿਭਾਗ 2 ਮਹੀਨੇ ਹੋਏ ਸਾਡੀ ਬ੍ਰਾਂਚ ਦੇ ਵਿੱਚ, ਜੋ ਕਿ ਸ਼੍ਰੋਮਣੀ ਕਮੇਟੀ ਦਾ ਅਹਿਮ ਵਿੰਗ ਆ ਖਰੀਦ ਬ੍ਰਾਂਚ। 2 ਮਹੀਨੇ ਤੋਂ ਸਾਡਾ ਜ਼ਿਆਦਾ ਇਹਦੇ ਨਾਲ ਵਾਹ ਪਿਆ, ਚਲੋ ਫਤਿਹਪੁਰ ਹੀ ਚੱਲਦੀ ਸੀ, ਰਸਤੇ 'ਚ ਮਿਲਦੇ ਜਾਂਦੇ ਰਹਿੰਦੇ ਸਨ। ਜਦੋਂ ਇਹਨਾਂ ਦੀਆਂ ਗੱਲਾਂ ਸੁਣੀਦੀਆਂ ਸੀ ਤਾਂ ਲੂਣ ਕੰਢੇ ਖੜ੍ਹੇ ਹੁੰਦੇ ਸੀ, ਜਦੋਂ ਆਪਣੀ ਹਿਸਟਰੀ ਦੱਸਦੇ ਸਾਡੇ ਨਾਲ ਆਹ ਕੁਛ ਹੋਇਆ
ਇੰਨੇ ਧਰਮੀ ਫੌਜੀ ਸੀ, ਇਕੱਲੇ ਇਹ ਨਹੀਂ, ਹੋਰ ਵੀ ਮੇਰੇ ਵੀਰ ਸੈਂਕੜੇ ਫੌਜੀ ਆਏ ਇਹਨਾਂ ਦੇ ਨਾਲ, ਬਹੁਤ ਸ਼ਹਾਦਤ ਹੋਇਆ, ਕੋਈ ਫੱਟਰ ਹੋਏ, ਕੋਈ ਸ਼ਹੀਦੀਆਂ ਪ੍ਰਾਪਤ ਕਰ ਗਏ, ਅਤੇ ਜਿਹੜੇ ਬਚੇ ਉਹਨਾਂ ਨੂੰ ਕਾਲ ਕੋਠੜੀਆਂ ਦਾ ਵੀ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦੇ ਵਿੱਚ ਇੰਨਾ ਲੰਮਾ ਸਮਾਂ ਤਕਰੀਬਨ 18-20 ਸਾਲ ਇਮਾਨਦਾਰੀ ਤਨਦੇਹੀ ਨਾਲ ਸਰਵਿਸ ਕੀਤੀ ਆ। ਪਿੱਛੇ ਉੱਥੇ ਜਦੋਂ ਅਸੀਂ ਦਫ਼ਤਰ ਦੇ ਵਿੱਚ ਵੀ ਇਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਆ, ਉੱਥੇ ਵੀ ਸਾਰੇ ਸਾਡੇ ਸਕੱਤਰ ਸਾਹਿਬਾਨਾਂ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਪ੍ਰਾਪਤੀਆਂ ਕੀਤੀਆਂ ਨੇ ਇਕੱਲੀ ਇਕੱਲੀ ਗਿਣ ਕੇ ਦੱਸੀ ਆ। ਜੇ ਅਸੀਂ ਇਹਨਾਂ ਦੀ ਜ਼ਿੰਦਗੀ ਦਾ ਲੇਖਾ ਜੋਖਾ ਕਰੀਏ ਤਾਂ ਬਹੁਤ ਸਮਾਂ ਲੱਗੇਗਾ, ਕਿਉਂ ਹੋਰ ਵੀ ਬੁਲਾਰਿਆਂ ਨੇ ਬੋਲਣਾ ਹੈ। ਅਸੀਂ ਇਹ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਬਖਸ਼ਣ, ਚੜ੍ਹਦੀ ਕਲਾ ਵਿੱਚ ਰੱਖਣ। ਆਪਾਂ ਇਹਨਾਂ ਵਰਗੇ ਕੌਮੀ ਯੋਧਿਆਂ ਤੋਂ ਪ੍ਰੇਰਨਾ ਲੈ ਕੇ ਅੱਗੇ ਆਪਾਂ ਸੰਘਰਸ਼ ਦੇ ਵਿੱਚ ਵੀ ਤਤਪਰ ਰਹੀਏ, ਕਿਉਂ ਸਿੱਖ ਕੌਮ ਦਾ ਜਨਮ ਹੀ ਸੰਘਰਸ਼ ਦੇ ਵਿੱਚੋਂ ਆ। ਇਹ ਗਾਂਹ ਵੀ ਸਾਡੇ ਨਾਲ ਇਹੀ ਕੁਝ ਹੋਣਾ, ਜਦੋਂ ਅੱਗੇ ਸਾਡੀਆਂ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਨਾਲ ਹੀ ਅੱਤਿਆਚਾਰ ਕੀਤਾ, ਪਰ ਆਪਾਂ ਨੂੰ ਹਰ ਟਾਈਮ ਇਹ ਗੁਲਾਮੀ ਵਾਲਾ ਸਾਹ ਸਿੱਖ ਕੌਮ ਨੂੰ ਕਰਾਉਂਦੇ ਰਹਿੰਦੇ ਆ, ਤਾਂ ਗਾਂਹ ਵੀ ਇਹਨਾਂ ਕਰਾਉਂਦਾ ਰਹਿਣਾ। ਇਹ ਨਹੀਂ ਵੀ ਇੱਥੇ ਖਤਮ ਹੋ ਗਿਆ ਦੌਰ, ਇਹ ਸਾਡੇ 'ਤੇ ਚੱਲਣਾ ਹੀ ਆ, ਕਿਉਂ ਸਾਡਾ ਜਨਮ ਹੀ ਜਿਹੜਾ ਕੰਡੇ ਦੀ ਧਾਰ 'ਚੋਂ ਹੋਇਆ। ਸੋ ਮੈਂ ਇਹੀ ਬੇਨਤੀ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਅੱਗੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ 'ਚ ਰੱਖਣ, ਖੁਸ਼ੀਆਂ ਖੇੜੇ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਸਮੂਹ ਧਰਮੀ ਫੌਜੀਆਂ ਦੀ ਚੜ੍ਹਦੀ ਕਲਾ ਵਾਸਤੇ ਜਕਾਰਾ ਛੱਡਦਾ, ਬੋਲੇ ਸੋ ਰਿਹਾ ਸੋ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਹ ਸਨ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਮਟੀਆਂ, ਜਿਨ੍ਹਾਂ ਨੇ ਜਿੰਨਾ ਸਮਾਂ ਵੀ ਭਾਈ ਸਾਹਿਬ ਜੀ ਦੇ ਨਾਲ ਸਰਵਿਸ ਦੌਰਾਨ ਗੁਜ਼ਾਰਿਆ ਉਸ ਬਾਰੇ ਦੱਸਿਆ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਬਲਦੀਪ ਸਿੰਘ ਜੀ ਨੂੰ ਕਿ ਉਹ ਸਾਡੇ ਕੋਲ ਸਟੇਜ 'ਤੇ ਆਉਣ ਅਤੇ ਭਾਈ ਸਾਹਿਬ ਜੀ ਬਾਰੇ ਦੋ ਸਭ ਸਾਂਝੇ ਕਰਨ। ਸਰਦਾਰ ਬਲਦੀਪ ਸਿੰਘ, ਸਾਹਿਬ ਸ੍ਰੀ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਜੀ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਉਹਦੇ ਕਿੱਤੇ ਦਾ, ਉਹਦੇ ਜੀਵਨ ਦਾ ਫਿਕਰ ਹੁੰਦਾ, ਔਰ ਜਿਸ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕੋਈ ਨੌਕਰੀ ਮਿਲ ਜਾਂਦੀ ਆ, ਉਸ ਤੋਂ ਵੱਡਾ ਕੋਈ ਇਨਸਾਨ ਨਹੀਂ ਹੋ ਸਕਦਾ। ਔਰ ਨੌਕਰੀ ਮਿਲਣੀ ਜਿਹੜੀ ਉਹ ਹੀ ਇੱਕ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੁੰਦੀ, ਲੇਕਿਨ ਗੁਰੂ ਦੀ ਕਿਰਪਾ ਦੇ ਨਾਲ ਰਿਟਾਇਰਮੈਂਟ ਜਿਹੜੀ ਆ ਇਹ ਨਸੀਬ ਬੜੇ ਕਰਮਾਂ ਦੇ ਨਾਲ ਹੁੰਦਾ। ਦਿਨ ਮੈਂ ਆਪਣੇ ਡਰਾਈਵਰ ਦੇ ਨਾਲ ਰਾਜ ਗੱਲ ਕਰਦਾ ਹੁੰਦਾ ਸੀ ਕਿ ਜੋ ਭਾਈ ਸਾਹਿਬ ਰਿਟਾਇਰ ਹੋਏ ਨੇ ਇਹਨਾਂ ਦੇ ਨਾਲ ਮੈਂ ਆਇਆ, ਇਹ ਬੜਾ ਵੱਡਾ ਕਰਮਾਂ ਵਾਲਾ ਦਿਨ ਹੁੰਦਾ। ਦਾਸ ਫੌਜ ਦੇ ਵਿੱਚ ਹੀ ਅਸੀਂ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਹਾਂ, ਅਮੀਪੁਰ ਪਿੰਡ ਦਾ ਇੱਕ ਮੇਰੇ ਨਾਲ ਫੌਜੀ ਸੀ, ਉਹ ਪਲਟਨ ਦੇ ਵਿੱਚ ਜਾਂਦਿਆਂ ਹੀ ਕੋਈ ਪੌੜੀ ਦੇ ਉੱਤੇ ਕੰਮ ਕਰਨ ਲਈ ਚੜਿਆ, ਦੂਸਰੇ ਸਹਾਇਕ ਨੇ ਪੌੜੀ ਛੱਡ ਕੇ ਸਾਈਡ 'ਤੇ ਹੋਇਆ, ਪੌੜੀ ਤਲਗੀ ਉਹਦੀ, ਪੈਂਦਿਆਂ ਲੱਤ ਟੁੱਟ ਗਈ, ਉਹਦੀ ਸਾਰੀ ਉਮਰ ਲੱਤ ਦੇ ਵਿੱਚ ਰਾੜ ਰਿਹਾ। ਸੋ ਇਹ ਵਿਚਾਰ ਮੈਂ ਰਸਤੇ 'ਚ ਵੀ ਕਰਦਾ ਹਾਂ, ਮੈਂ ਭਾਈ ਸਾਹਿਬ ਨੂੰ ਵੀ ਧੰਨਵਾਦ ਕਰਦਾ ਕਿ ਜਿਹੜੇ ਇਹ ਵੀ ਮੇਰੇ ਕੋਈ ਦੋ ਨੌਕਰੀਆਂ ਕਰਕੇ ਰਿਟਾਇਰ ਹੋਏ ਨੇ। ਔਰ ਜਿਸ ਦਿਨ ਮੈਂ ਰਿਟਾਇਰ ਆਰਮੀ ਦੇ ਵਿੱਚੋਂ ਹੋਇਆ, ਮੈਂ ਸਾਰੀ ਰਾਤ ਉਸ ਦਿਨ ਨਹੀਂ ਸੁੱਤਾ, ਇਸ ਖੁਸ਼ੀ ਦੇ ਵਿੱਚ ਕਿ ਅਮਰੀਕ ਸਿੰਘ ਨੂੰ ਵੇਖ ਕੇ ਕਿ ਮੈਂ ਅੱਜ ਪੂਰੇ ਅੰਗ ਲੈ ਕੇ ਚੱਲਿਆ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸਾਨੂੰ ਗੱਲ ਦੇ ਨਾਲ ਲਾਇਆ, ਸਾਨੂੰ ਉੱਥੇ ਨੌਕਰੀ ਕਰਨ ਦਾ ਮੌਕਾ ਮਿਲਿਆ। ਅੱਜ 31 ਦਸੰਬਰ ਆ, 31 ਜਨਵਰੀ ਨੂੰ ਮੈਨੂੰ 12 ਸਾਲ ਪੂਰੇ ਹੋ ਜਾਣੇ ਨੇ, 13ਵਾਂ ਮੈਨੂੰ ਲੱਗ ਜਾਣਾ। ਸੋ ਇਹ ਵਡਭਾਗੇ ਦਿਨ ਜੋ ਬਲਜੀਤ ਸਿੰਘ 'ਤੇ ਆਏ ਨੇ, ਇਹ ਬੜੀ ਮੁਸ਼ਕਲ ਨਾਲ ਆਉਂਦੇ ਨੇ। ਸੋ ਇਹਨਾਂ ਦੇ ਵਿੱਚ ਸਾਨੂੰ ਵੀ ਕਾਫੀ ਬਲਜੀਤ ਸਿੰਘ ਦਾ ਨਾਮ ਵਿਚਰਨ ਦਾ ਸਮਾਂ ਮਿਲਿਆ, ਕਿਉਂਕਿ ਮੈਂ ਵੀ ਸ਼੍ਰੋਮਣੀ ਦਾ ਮੁਲਾਜ਼ਮ ਹਾਂ, ਇਹ ਵੀ ਸ਼੍ਰੋਮਣੀ ਦਾ ਮੁਲਾਜ਼ਮ ਹਾਂ। ਇੱਥੇ ਹੀ ਬਸ ਨਹੀਂ, ਕਾਫੀ ਮੇਰੇ ਵੀਰ ਜਿਹੜੇ ਨੇ ਸ਼੍ਰੋਮਣੀ ਕਿਰ ਦੇ ਵਿੱਚ ਅਹੁਦੇਦਾਰ ਆਏ ਨੇ, ਜਿਹਨਾਂ ਨੂੰ ਮੈਂ ਜਾਣਨਾ ਉਹ ਮੈਨੂੰ ਜਾਣਦੇ ਨੇ।
ਔਰ ਇਹੋ ਜਿਹੇ ਸੁਭਾਗੇ ਟਾਈਮ ਦੇ ਉੱਤੇ ਅਸੀਂ ਇਕੱਠੇ ਹੋਏ ਹਾਂ। ਜਿੱਥੇ ਮੈਂ ਬੇਨਤੀ ਕਰਦਾ ਕਿ ਜਿਹੜੀ ਸਰਵਿਸ ਹੈ, ਸਰਵਿਸ ਮੈਂ ਭਾਈ ਸਾਹਿਬ ਨੇ ਕਿਹਾ, ਮੈਂ ਵੀ ਕਿਹਾ ਵੀ ਬੜੀ ਕਰਮਾਂ ਦੇ ਨਾਲ ਇਨਸਾਨ ਨੂੰ ਮਿਲਦੀ ਹੈ। ਜੇਕਰ ਅਸੀਂ ਆਪਣੀ ਕਰਮਿਤ ਦੇ ਨਾਲ ਸਰਵਿਸ ਦੀ ਤੁਲਨਾ ਕਰੀਏ ਤਾਂ ਉਹ ਗਲਤ ਹੁੰਦਾ। ਸਾਨੂੰ ਹਮੇਸ਼ਾ ਸਤਿਗੁਰ ਦਾ ਧੰਨਵਾਦ ਕਰਨਾ ਚਾਹੀਦਾ। ਬੜੇ ਬੜੇ ਬੰਦੇ, ਡਿਗਰੀਆਂ ਵਾਲੇ, ਬੜੇ ਬੜੇ ਪੜ੍ਹੇ ਲਿਖੇ ਲੋਕ ਜਿਹੜੇ ਛਦਾਈ ਹੋਏ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ, ਉੱਥੇ ਉਹਨਾਂ ਦੀ ਕਾਬਲੀਅਤ ਵੇਖੋ ਅਤੇ ਆਪਣੀ ਕਾਬਲੀਅਤ ਵੇਖੋ ਅਤੇ ਫਿਰ ਪਤਾ ਲੱਗਦਾ ਕਿ ਸਤਿਗੁਰ ਦਾ ਧੰਨਵਾਦ ਕਰਨਾ ਜਾਂ ਨਹੀਂ ਕਰਨਾ। ਇਸੇ ਹੀ ਪਿੰਡ ਦੇ ਬਲਜੀਤ ਸਿੰਘ ਜਿੱਥੇ ਅੱਜ ਰਿਟਾਇਰਮੈਂਟ ਹੋਏ ਨੇ, ਉੱਥੇ ਭਾਈ ਜਗਦੀਸ਼ ਸਿੰਘ ਮੈਂਗਰ ਮੇਰਾ ਗੁਰਦੁਆਰਾ ਪੁਰਸਰ ਦੇ ਨਾਲ ਹੀ ਘਰ ਆ। ਇਹ ਸਾਡੀ ਉੱਥੇ ਗੁਰਦੁਆਰੇ ਦੇ ਵਿੱਚ ਜਦੋਂ ਮੈਨੇਜਰ ਗਏ ਨੇ, ਸ਼ਾਇਦ ਇਹਨਾਂ ਨੂੰ ਵੀ ਪਤਾ, ਹੁਣ ਸਾਨੂੰ ਵੀ ਪਤਾ, ਬਿਲਕੁਲ ਬੱਚਾ ਜਿਹਾ ਸੀਗਾ। ਔਰ ਮੈਂ ਇੱਥੇ ਬੇਨਤੀ ਕਰਦਾ ਕਿ ਇਹਨਾਂ ਨੇ ਜਿੰਨਾ ਸਤੰਦਰ ਗੁਰਦੁਆਰੇ ਗੁਰੂ ਸਾਹਿਬ ਦਾ ਕੀਤਾ, ਮੇਰੇ ਜੀਵਨ ਤੋਂ ਪਹਿਲਾਂ ਕਿਸੇ ਨੇ ਇੰਨਾ ਸਤੰਦਰ ਨਹੀਂ ਕੀਤਾ ਜੋ ਇਹਨਾਂ ਨੇ ਕੀਤਾ। ਕਿ ਬਚਪਨ ਦੇ ਵਿੱਚ ਕਰਕੇ ਮੈਂ ਕਹਿਣ ਤੋਂ ਬਾਅਦ ਕਿ ਜੇਕਰ ਸਾਨੂੰ ਸਰਵਿਸ ਮਿਲ ਜਾਵੇ ਤਾਂ ਸਾਨੂੰ ਉਹਦੇ ਕੰਮ ਕਰਨੇ ਚਾਹੀਦੇ ਨੇ, ਉਹਨਾਂ ਦੀ ਸਾਨੂੰ ਡਿਊਟੀ ਤਨਦੇਹ ਨਾਲ ਕਰਨੀ ਚਾਹੀਦੀ ਹੈ। ਔਰ ਇਹਨਾਂ ਨੇ ਇਹੋ ਜਿਹਾ ਗੁਰਦੁਆਰੇ ਦਾ ਸਤੰਦਰ ਚੁੱਕਿਆ। ਔਰ ਇੱਕ ਪਿੰਡ ਬਹਾਦਰ ਤੋਂ ਗ੍ਰੰਥੀ ਆ, ਇਹ ਪਹਿਲਾਂ ਸਾਡੇ ਗੁਰਦੁਆਰੇ ਨਾਰਮਲ ਕੰਮ ਚੱਲਦਾ ਸੀ, ਔਰ ਪਿੰਡ ਬਹਾਦਰ ਦਾ ਗ੍ਰੰਥੀ ਫੌਜੀ ਸਿੰਘ ਹੀ, ਸ਼ਾਇਦ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ। ਉਹਨਾਂ ਨੇ ਗ੍ਰੰਥੀ ਸਿੰਘ ਤੋਂ ਔਰ ਇਹਨਾਂ ਨੇ ਪ੍ਰਬੰਧ ਤੋਂ ਬਹੁਤ ਜ਼ਿਆਦਾ ਜੋ ਯੋਗਦਾਨ ਪਾ ਕੇ ਗੁਰਦੁਆਰੇ ਦਾ ਜੋ ਹੁਲਾਰਾ ਦਿੱਤਾ, ਜੋ ਉੱਥੋਂ ਸੰਗਤ ਜੋੜੀ, ਇੱਕ ਵੱਖਰਾ ਤਰੀਕਾ ਸੀ। ਔਰ ਅੱਜ ਉਸ ਗੁਰਦੁਆਰੇ ਦੇ ਵਿੱਚ ਭਾਈ ਜਸਵਿੰਦਰ ਸਿੰਘ ਕਥਾਵਾਚਕ ਨੇ, ਜਿਹਨਾਂ ਦੀ ਪਦੌਲਤ ਉਸ ਇਲਾਕੇ ਦੇ ਵਿੱਚ ਬਹੁਤ ਚੜ੍ਹਦੀ ਕਲਾ। ਸੋ ਕਹਿਣ ਤੋਂ ਭਾਵ ਕਿ ਸਰਵਿਸ ਜਿਹੜੀ ਮਿਲਣੀ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਮਿਲਦੀ, ਤਾਂ ਗੁਰੂ ਦੀ ਕਿਰਪਾ ਤੋਂ ਬਗੈਰ ਅਸੀਂ ਪੱਤਾ ਵੀ ਨਹੀਂ ਹਿੱਲ ਸਕਦਾ, ਅਤੇ ਜੇਕਰ ਮਿਲ ਜਾਵੇ ਤਾਂ ਸਾਨੂੰ ਤਨ ਦੇਈ ਨਾਲ ਇਹ ਸਰਵਿਸ ਕਰਨੀ ਚਾਹੀਦੀ ਹੈ। ਸੋ ਜਿੱਥੇ ਮੈਂ ਗੁਰੂ ਦਾ ਸਤਿਕਾਰ ਕਰਦਾ, ਉੱਥੇ ਮੈਂ ਸੰਗਤ ਦਾ ਸਤਿਕਾਰ ਕਰਦਾ, ਉੱਥੇ ਮੈਂ ਭਾਈ ਬਲਜੀਤ ਸਿੰਘ ਦਾ ਸਤਿਕਾਰ ਕਰਦਾ, ਉੱਥੇ ਮੈਂ ਭਾਈ ਬਲਜੀਤ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਅਤੇ ਸਤਿਕਾਰ ਕਰਦਾ। ਕਿਉਂਕਿ ਦੁਨਿਆਵੀ ਤੌਰ ਦੇ ਉੱਤੇ ਅਸੀਂ ਦੋਵੇਂ ਧਰਮੀ ਫੌਜੀ ਹਾਂ, ਅਸੀਂ ਦੋਵਾਂ ਨੇ ਇੱਕ ਖੇਤਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਡਿਊਟੀ ਕੀਤੀ ਆ। ਔਰ ਜੇਕਰ ਅਸੀਂ ਸਮਾਜਿਕ ਤੌਰ 'ਤੇ ਜਾਣੀਏ ਤਾਂ ਸਾਡੀਆਂ ਰਿਸ਼ਤੇਦਾਰੀਆਂ ਵੀ ਇਕੱਠੀਆਂ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ ਮੇਰੀਆਂ ਇਕੱਠੀਆਂ ਨੇ। ਸੋ ਇਸ ਕਰਕੇ ਸਾਨੂੰ ਜੇ ਅਸੀਂ ਸਰਵਿਸ ਇਕੱਠੀ ਕੀਤੀ ਆ, ਜੇਕਰ ਸਾਡੀਆਂ ਰਿਸ਼ਤੇਦਾਰੀਆਂ ਇਕੱਠੀਆਂ ਨੇ, ਔਰ ਮੈਂ ਭਾਈ ਸਾਹਿਬ ਨੂੰ ਅਪੀਲ ਕਰਦਾ ਕਿ ਹੁਣ ਸਾਨੂੰ ਆਉਂਦੇ ਸਮਾਜ ਦੇ ਵਿੱਚ ਇਕੱਠਿਆਂ ਵਿਚਰਨ ਦਾ ਸਮਾਂ ਜਿਹੜਾ ਵਾ ਸਾਨੂੰ ਲੈਣਾ ਚਾਹੀਦਾ, ਔਰ ਸਾਨੂੰ ਇਕੱਠਿਆਂ ਨੂੰ ਵਿਚਰਨਾ ਚਾਹੀਦਾ। ਛੋਟੀ ਜੀ ਮੈਂ ਬੇਨਤੀ ਕਰਦਾ, ਕਈ ਵਾਰੀ ਸਾਨੂੰ ਸਵਾਲ ਖੜ੍ਹਾ ਕਰਦੇ ਨੇ ਕਿ ਧਰਮੀ ਫੌਜੀ ਕੌਣ ਨੇ। ਧਰਮੀ ਫੌਜੀ ਉਹ ਨੇ ਜਿਹਦਾ ਜੂਨ 1984 ਦੇ ਵਿੱਚ ਸਰਕਾਰ ਨੇ ਪੂਰੀ ਪਲੇਨ ਬਣਾ ਲਈ ਸੀ ਕਿ ਗੁਰਦੁਆਰਿਆਂ ਦੇ ਉੱਤੇ ਫੌਜ ਲਾ ਕੇ, ਗੁਰਦੁਆਰਿਆਂ ਦੇ ਕਬਜ਼ਾ ਕਰਕੇ, ਪਿੰਡਾਂ ਨੂੰ ਫੌਜ ਅਤੇ BS ਦਾ ਮੂੰਹ ਕਰਕੇ, ਪੂਰੀ ਸਿੱਖ ਕੌਮ ਨੂੰ ਖਤਮ ਕਰਕੇ, ਔਰ ਇੱਥੇ ਸਿੱਖ ਕੌਮ ਦੇ ਵਿੱਚ ਖਤਮ ਕਰਨ ਤੋਂ ਬਾਅਦ ਸਿੱਖ ਜਿਹੜਾ ਬੱਚਾ ਘੋੜੀ ਨਹੀਂ ਚੜੇਗਾ ਸੂਬੇ ਨੂੰ। ਇਸ ਪ੍ਰੋਗਰਾਮ ਦੇ ਵਿੱਚ ਕਾਫੀ ਧਰਮੀ ਫੌਜੀ ਬੈਠੇ ਨੇ, ਇਹ ਸਰਕਾਰ ਦੇ ਧਰਮੀ ਫੌਜੀਆਂ ਨੇ ਬੈਰਕਾਂ ਛੱਡ ਕੇ ਫਿਰ, ਔਰ ਮੈਂ ਅੰਤ ਦੇ ਵਿੱਚ ਅਪੀਲ ਆਪਣੇ ਬੱਚੇ ਗਵਾਰ ਬਣਾ ਕੇ ਉਹਨਾਂ ਨੂੰ ਬਚਾਇਆ। ਇਸ ਕਰਕੇ ਧਰਮੀ ਫੌਜੀਆਂ ਦਾ, ਧਰਮੀ ਫੌਜੀਆਂ ਸਮਾਜ ਵਿੱਚ ਆਦਰ ਕਰਨਾ, ਇੱਕ ਸਮਾਜ ਨੂੰ ਅੱਜ ਸਿੱਖਣ ਦੀ, ਕਿਸੇ ਸਰਕਾਰ ਨੇ ਨਹੀਂ ਬੋਲਣਾ, ਕਿਉਂਕਿ ਸਰਕਾਰਾਂ ਸਾਰੀਆਂ ਜਿਹੜੀਆਂ ਨੇ ਚੁੱਪ ਨੇ।
ਧਰਮੀ ਫੌਜੀ ਦੀ ਕਿਸੇ ਚੰਗੇ ਅਹੁਦੇ ਤੇ ਬੈਠਿਆਂ ਦੀ ਕੋਈ ਸਿਫਤ ਕਰੇ ਤੇ ਮਨ ਨੂੰ ਖੁਸ਼ੀ ਮਿਲਦੀ ਆ ਕਿ ਸਾਡੇ ਪਿੰਡ ਦਾ ਵੀ ਨਾਂ ਦੂਰ ਤੱਕ ਅੱਛੇ ਕੰਮ ਦੇ ਵਿੱਚ ਉਹ ਸਾਨੂੰ ਫਕਰ ਹੁੰਦਾ ਉਸ ਵੇਲੇ ਸੋ ਹੁਣ ਮੈਂ ਬੇਨਤੀ ਕਰੂੰਗਾ ਲੈ ਕੇ ਜਿੱਤਰਾ ਵੀ ਕਿੱਥੋਂ ਤੱਕ ਵੀ ਸਾਡੇ ਕੋਲ ਪਹੁੰਚਿਆ ਗਿਆ ਸਦਰਾਣੇ ਸਾਹਿਬ ਦੇ ਤੱਕ ਅਸੀਂ ਸਕਦੇ ਕਿਤੇ ਬਾਹਰ ਨਹੀਂ ਜਾ ਸਕਦੇ ਤੇ ਚੱਲ ਕੇ ਆਪਣੇ ਧਰਮ ਦੀ ਖਾਤਰ ਸ਼੍ਰੀ ਹਰਿਮੰਦਰ ਦੀ ਰੱਖਿਆ ਵਾਸਤੇ ਇਹਨਾਂ ਨੇ ਜੋ ਪੈਰ ਪੁੱਟਿਆ ਸਾਡੇ ਕਣ ਕਣ ਜੋ ਹੈ ਸਾਡਾ ਰੋਮ ਰੋਮ ਰਿੜੀ ਹੈ ਧਰਮੀ ਫੌਜੀਆਂ ਦੇ ਤੇ ਉਹਨਾਂ ਸਾਡੀ ਸ਼ਾਨ ਵਾਸਤੇ ਅੱਜ ਵੀ ਅਸੀਂ ਉਹਨਾਂ ਦੀ ਸਿਫਤ ਜਿੱਥੇ ਵੀ ਜਾਂਦੇ ਹਾਂ ਸਿਫਤ ਸਾਡੀ ਅਸੀਂ ਨਹੀਂ ਦੁਨੀਆਂ ਦੇ ਉੱਤੇ ਇੱਕ ਇਤਿਹਾਸ ਆ ਕਿ ਜੇ ਉਹਨਾਂ ਦੀ ਕੌਮ ਦੇ ਉੱਤੇ ਕਿਸੇ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹਮਲਾ ਕੀਤਾ ਤੇ ਉਹਨਾਂ ਦਾ ਹਰ ਬੱਚਾ ਬੱਚਾ ਉਸਦੇ ਵਿਰੋਧ ਵਿੱਚ ਖੜਾ ਹੋ ਗਿਆ ਆਪਣੀਆਂ ਸੀਸ ਤਲੀ ਤੇ ਰੱਖ ਕੇ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਆਪਣੇ ਜਥੇਬੰਦੀ ਵੱਲੋਂ ਤੇ ਮੇਰੇ ਨਾਲ ਵੀਰ ਆਪਣੇ ਤਰਸੇਮ ਸਿੰਘ ਚਾਚੋ ਵਾਲੀ ਜੀ ਜਿਹੜੇ ਸਾਡੇ ਸੂਬਾ ਕਮੇਟੀ ਦੇ ਮੈਂਬਰ ਵੀ ਆ ਇਹ ਵੀ ਮੇਰੇ ਨਾਲ ਇੱਥੇ ਪਹੁੰਚੇ ਆ ਇਹ ਮਹਾਰਾਜ ਦਾ ਧੰਨਵਾਦ ਕਰਨ ਵਾਸਤੇ ਪਹੁੰਚੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਇਹਨਾਂ ਦੀ ਜਿਸ ਤਰ੍ਹਾਂ ਦਾ ਜੀਵਨ ਰਿਹਾ ਆਉਣ ਵਾਲੇ ਜੀਵਨ ਦੇ ਵਿੱਚ ਇਹ ਆਪਣੇ ਸੱਚ ਦੇ ਰਸਤੇ ਦੇ ਉੱਤੇ ਚੱਲ ਕੇ ਤੇ ਆਪਾਂ ਨੂੰ ਹੋਰ ਮਾਰਗ ਦਰਸ਼ਨ ਜੋ ਆ ਆਪਣੇ ਜੋ ਕੌਮ ਦਾ ਕਰਨਗੇ ਅਸੀਂ ਸਤਿਗੁਰ ਨੂੰ ਫਿਰ ਬੇਨਤੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਦੇਵੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਜੋ ਸੱਜਣ ਸੁਨੇਹੇ ਆ ਉਹਨਾਂ ਦਾ ਵਧੀਆ ਮੇਲ ਮਿਲਾਪ ਪ੍ਰੇਮ ਵਧੇ ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲੇ ਵੱਧ ਘੱਟ ਬੋਲ ਗਿਆ ਵਾ ਤੇ ਖਿਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਰਕਾਰ ਜੋ ਭਾਈ ਸਾਹਿਬ ਜੀ ਸਤਿ ਸਾਹਿਬ ਜੀ ਜਥੇਬੰਦੀ ਵੱਲੋਂ ਆਏ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਬੇਨਤੀ ਕਰੂੰਗਾ ਕਿ ਹੁਣ ਸਰਬੱਤ ਸੰਗਤਾਂ ਇਸੇ ਤਰੀਕੇ ਨਾਲ ਸੱਜੀਆਂ ਰਹਿਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇਸ਼ ਦਾ ਵਰਤਾਰਾ ਹੋਊਗਾ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਦਾ ਤਿਆਰਾ ਕਰਕੇ ਜਿਸ ਸਥਾਨ ਨੂੰ ਚਾਲੇ ਪਾਈ ਜਾਣਗੇ ਸੋ ਆਈਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਸੋ ਹੁਣ ਬੇਨਤੀ ਕਰਾਂਗੇ ਕਿ ਸੰਗਤਾਂ ਇਸੇ ਤਰ੍ਹਾਂ ਸੱਜੀਆਂ ਰਹਿਣ ਤਾਂ ਜੋ ਅਸੀਂ ਸਾਰੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵੱਲੋਂ ਬੇਨਤੀ ਹੈ ਕਿ ਜਿੰਨੇ ਵੀ ਸੱਜਣ ਵੀਰ ਆਏ ਨੇ ਕੋਈ ਵੀ ਪ੍ਰਸ਼ਾਦਾ ਛਕਣ ਤੋਂ ਬਿਨਾਂ ਨਾ ਜਾਵੇ ਗੁਰੂ ਕਾ ਲੰਗਰ ਤਿਆਰ ਹੈ ਸੋ ਭਾਈ ਸਭ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਬੋਲੇ ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਇਧਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਸੰਗਤਾਂ ਨਾਲ ਮੈਨੇਜਰ ਸਾਹਿਬ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਭਾਈਆਂ ਸੇਵਾਵਾਂ ਦੇ ਸੰਬੰਧ ਵਿੱਚ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਦੋ ਸ਼ਬਦ ਸੰਗਤਾਂ ਨਾਲ ਮੈਨੇਜਰ ਸਾਹਿਬ ਦੀਆਂ ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਸ਼ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਬਤੌਰ ਇੰਸਪੈਕਟਰ ਸੇਵਾ ਮੁਕਤ ਪਰ ਇਹਨਾਂ ਦਾ ਕਾਰਜ ਜਿੰਨਾ ਵੀ ਰਿਹਾ ਨਾ
ਜਿਹੜਾ ਮੇਰੇ ਸਿਆ ਮੈਨੂੰ ਪਤਾ ਗੁਰਦੁਆਰਾ ਕੰਨ ਸਾਹਿਬ ਤੇ ਗੁਰਦੁਆਰਾ ਅੱਛਰ ਸਾਹਿਬ ਬਹੁਤ ਹੀ ਵਧੀਆ ਇਹਨਾਂ ਕੀਤਾ, ਪਰ ਕਿਸੇ ਗੱਲੋਂ ਇਹਨਾਂ ਦਾ ਲਾਮਾ ਨਹੀਂ ਮੈਨੂੰ ਮਿਲਿਆ, ਪਰ ਕੀਤਾ ਮਾਨਦਾ ਹੀ ਆ। ਜੇ ਕੋਈ ਅੜਿਆ ਭਾਵੇਂ ਮੈਂਬਰ ਹੈ ਭਾਵੇਂ ਕੋਈ ਹੈਗਾ, ਉਹਦਾ ਜਵਾਬ ਉਸ ਵੇਲੇ ਉਹਨੂੰ ਦੇ ਦਿੱਤਾ ਭਾਈ ਨਹੀਂ ਆਹ ਕੰਮ ਤੁਸੀਂ ਗਲਤ ਕਰਾਉਣ ਡਿਆ, ਮੇਰੇ ਤੋਂ ਮੈਂ ਨਹੀਂ ਕਰਨਾ। ਪਰ ਇਹਨਾਂ ਨੂੰ ਮੈਂ ਇੱਕ ਗੱਲ ਕਹੀ, ਮੈਂ ਤੁਸੀਂ ਫੌਜ ਦੀ ਨੌਕਰੀ ਕਰਕੇ ਆਏ ਹੋ, ਫੌਜੀ ਜਿਹੜਾ ਬੰਦਾ ਹੋਏ ਰਹਿੰਦਾ ਜਿਹੜਾ ਇਮਾਨਦਾਰ ਹੋਵੇ, ਪਰ ਇਮਾਨਦਾਰੀ ਨਾਲ ਕੀਤਾ ਤੁਸੀਂ ਅਤੇ ਇਮਾਨਦਾਰੀ ਨਾਲ ਕਰੇ, ਜਿੱਥੇ ਕੋਈ ਗੱਲ ਅੜੇਗੀ ਉੱਥੇ ਮੈਂ ਅੱਗੇ ਹੋਵਾਂਗਾ, ਉਹਦਾ ਜਵਾਬ ਮੈਂ ਉਸ ਬੰਦੇ ਦੇਵਾਂਗਾ। ਪਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਵੀ ਆਏ ਨੇ ਸਾਰੇ, ਮੈਂ ਕਹਿੰਦਾ ਤੁਸੀਂ ਬੜੇ ਕਰਮਾਂ ਭਾਗਾ ਹੜੇ, ਜਿਹੜਾ ਤੁਹਾਨੂੰ ਇਹੋ ਜਿਹਾ ਸਾਥੀ ਮਿਲਿਆ ਸੀ। ਪਰ ਸੱਚਾਈ 'ਤੇ ਲੜਨ ਵਾਲਾ, ਸੱਚਾਈ 'ਤੇ ਕੋਈ ਕੁਛ ਹੁੰਦਾ, ਕਈ ਬੰਦਿਆਂ ਦਾ ਤੁਸੀਂ ਅੱਜ ਕਹਿੰਦੇ ਕੰਮ ਸਵਾਰ ਦਿੰਦੇ ਹੋ ਅਤੇ ਕੱਲ੍ਹ ਦੂਜਾ ਆ ਜਾਵੇ ਉਹਨਾਂ ਤੁਰਦੇ ਅਤੇ ਪਹਿਲੇ ਨੂੰ ਭੁੱਲ ਹੀ ਜਾਂਦੇ ਹੋ। ਪਰ ਇਹ ਬੰਦੇ ਨੇ ਕਿਤਾਣੂ ਖਲੋਤੇ ਰਹੇ, ਪਰ ਅਸੀਂ ਵੀ ਉਹਨਾਂ ਚਟਾਨ ਨਾਲ ਖਲੋਤੇ ਰਹੇ। ਮੈਂ ਕਹਿੰਦਾ ਸਭ ਤੋਂ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੀ, ਤੰਦਰੁਸਤੀ ਬਖਸ਼ੀ ਬਖਸ਼ੀ, ਅਤੇ ਮੈਂ ਸਾਰੇ ਮੁਲਾਜ਼ਮ ਵੀਰਾਂ ਨੂੰ ਆਇਆਂ ਨੂੰ ਇੱਥੋਂ ਆਪਣੇ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਹੋਣ ਦੇ ਨਾਤੇ, ਐਗਜ਼ੀਕਿਊਟਿਵ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਵਧਾਈ ਦਿੰਦਾ। ਪਰ ਇਹਨਾਂ ਨੇ ਚੰਗਾ ਸਾਥ ਦਿੱਤਾ ਅਤੇ ਸਾਰੀ ਉਮਰ ਤੁਸੀਂ ਵੀ ਮੇਰੇ ਪਰਿਵਾਰ ਨੂੰ ਯਾਦ ਕਰਾਂ। ਬਹੁਤ ਕਰਕੇ ਨਾ ਕਹਿੰਦਾ ਫਤਿਹ ਬਣਾਉਣਾ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਤੋਂ ਉਪਰੰਤ ਮਹਾਰਾਜ ਦੇ ਸਰੂਪ ਸੁਖਾਸਨ ਸੇਵਾ ਹੋਵੇਗੀ, ਸਤਿਗੁਰਾਂ ਦੇ ਸਵਾਰੇ ਨਿਜ ਹਰਿਮੰਦਰਾਂ ਨੂੰ ਚਾਲੇ ਪਾਉਣਗੇ। ਉਪਰੰਤ ਆਈ ਸਾਰੇ ਸੱਜਣਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਨੇ ਗੁਰੂ ਕਾ ਲੰਗਰ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੁਸੀਂ ਸਹਾਇ ਵਾਸਤੇ ਗੁਰੂ ਨਾਨਕ ਜੀ ਜਾਏ ਧਰਮ ਗੁਰਤੇ ਮਰਦਾਸ ਸਰਵਨ ਦਸਿਆ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਨ ਸਿੰਘ ਰਾਜ ਸਿੰਘ ਜਿਸ ਡਿਠਾ ਸਤਿ ਜੀ ਸਿਮਰਿਆ ਧਾਰ ਨਾਮ ਆਵੈ ਧਾਰ ਸਭ ਥਾਈ ਸਹਾਇ ਸਿੰਘ ਸਿੰਘ ਜੀ ਮਹਾਰਾਜ ਸਭ ਥਾਈ ਉਹਨਾਂ ਦੀ ਸਹਾਇ ਦਸਾ ਪਾਤਸ਼ਾਹੀ ਜੀ ਕੇ ਆਤਮਿਕ ਸੰਜਾਤੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਵਿਚਾਰ ਦਾ ਧਿਆਨ ਕਰਕੇ ਬੋਲੋ ਜੀ ਪਿਆਰੇ ਚਾਰ ਸਿੰਘਾਂ ਚਾਰੀ ਅਤੇ ਹਾਥੀ ਨਾਲ ਚਾਦੀ ਨਾਲ ਤਾਪੀਆਂ ਜਿਨ੍ਹਾਂ ਨਾਲ ਦੇਖਿਆ ਦੀਵਾਨ ਦੇ ਪਿਛ ਕੱਤੀਆ ਲੇਖ ਚਲਾਈ ਅਤੇ ਗਵਾ ਕੀ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਆਪਣੇ ਪਾਤਸ਼ਾਹ ਜੀ ਆਪ ਚਾਹੇ ਪਾਓ
ਆਜੋ ਨਾਲ ਹਾਂਜੀ ਸਾਹਮਣੇ ਜੀ ਹਾਂਜੀ ਇੱਧਰ ਜੀ ਸਾਹਮਣੇ ਹਾਂਜੀ ਠੀਕ ਹੈ ਹਾਂਜੀ ਹਾਂਜੀ ਨਾਲ ਹੋ ਜਾਓ ਆਜੋ ਆਜੋ ਆਪਣੀ ਸਾਲੀ ਨੂੰ ਮੈਂ ਉਹਨੂੰ ਪਛਾਹ ਕਰ ਛੱਡਿਆ ਉਹਨੂੰ ਰਿਵਾਜ ਮਾਰਦਾ ਜਾਂ ਨਾਰਾਜ਼ ਹੋਇਆ ਸਾਡਾ ਮੁੜ ਕੇ ਰਹਿ ਗਿਆ ਹਾਂਜੀ ਵੀਜੀ ਇੱਧਰ ਥੋੜ੍ਹਾ ਇੱਧਰ ਆ ਜਾਓ ਥੋੜ੍ਹਾ ਇੱਧਰ ਆਓ ਹਾਂਜੀ ਤੁਸੀਂ ਅੱਗੇ ਆ ਜਾਓ ਬਸ ਠੀਕ ਹੈ ਹਾਂਜੀ ਸਾਹਮਣੇ ਜੀ ਕੰਜੀ ਆ ਜਾਓ ਅੱਗੇ ਆ ਜਾਓ ਨਾਲ ਕੰਜੀ ਅੱਗੇ ਆ ਜਾਓ ਨਾਲ ਸਾਰੇ ਆ ਜਾਓ ਆ ਜਾਓ ਅੱਗੇ ਹੋ ਜਾਓ ਹਾਂਜੀ ਸਾਹਮਣੇ ਜੀ ਵੇਟ ਹਾਂਜੀ ਇੱਧਰ ਠੀਕ ਹੈ ਜੀ ਜਿਨ੍ਹਾਂ ਦੀ ਹੋ ਗਈ ਜਿਨ੍ਹਾਂ ਦੀ ਹੋ ਗਈ ਸਾਈਡ ਤੇ ਆਈ ਜਾਓ ਹਾਂਜੀ ਸਾਹਮਣੇ ਜੀ ਵੀ ਜੀ ਹਾਂਜੀ ਦੁਪੱਟਾ ਪਿੱਛੇ ਕਰੋ ਫਿਰ ਜੀ ਇੱਧਰ ਵੇਖਿਓ ਭਾਅ ਜੀ ਆ ਜਾਓ ਹਾਂਜੀ ਸਾਹਮਣੇ ਜੀ ਇੱਧਰ ਹਾਂਜੀ ਖਾਲਸਾ ਜੀ ਉਧਰਲੇ ਪਾਸੇ ਆ ਹਾਂਜੀ ਸਾਹਮਣੇ ਜੀ ਸਾਹਮਣੇ ਇੱਧਰ ਵੇਖਿਓ ਭਾਜੀ ਠੀਕ ਹੈ ਤੁਸੀਂ ਆਓ ਹਾਂਜੀ 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 ਸਾਹਮਣੇ ਜੀ ਨਾਲ ਹੀ ਆਏ ਸਾਹਮਣੇ ਇੱਧਰ ਆ ਜਾਓ ਇੱਕ ਜਣਾ ਇੱਧਰ ਆਓ ਸਾਹਮਣੇ ਨਾਲ ਜੀ ਹਾਂਜੀ ਲਾਡੀ ਨਹੀਂ ਆਇਆ ਠੀਕ ਹੈ ਆਓ ਜੀ ਆਓ ਉਹ
ਪਿੱਛੋਂ ਥੋੜਾ ਸਾਈਡ ਤੇ ਆ ਜਾਓ ਸਾਰੇ ਇੱਧਰ ਨੂੰ ਆ ਜਾਓ ਵਾਰੀ ਵਾਰੀ ਆ ਜਾਓ ਫਿਰ ਇੱਧਰ ਆ ਜਾਓ ਸਾਰੇ ਆ ਜਾਓ ਵੀਰ ਜੀ ਹਾਂਜੀ ਸਾਹਮਣੇ ਜੀ ਇੱਧਰ ਠੀਕ ਹੈ ਜੀ ਆ ਜਾਓ ਆਓ ਜੀ ਹਾਂਜੀ ਸਾਹਮਣੇ ਜੀ ਬੀਜੀ ਨਾਲ ਹਾਂਜੀ ਨਾਲ ਹੋ ਜਾਓ ਥੋੜ੍ਹਾ ਚੁੰਨੀ ਪਿੱਛੇ ਕਰੋ ਹਾਂਜੀ ਬੀਜੀ ਅੱਗੇ ਆਓ ਥੋੜ੍ਹਾ ਹਾਂਜੀ ਇੱਧਰ ਹਾਂਜੀ 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 ਇੱਧਰ ਬੀਜੀ ਸਾਹਮਣੇ ਵੇਖੋ ਇੱਧਰ ਸਾਹਮਣੇ ਤੇ ਆਉਂਦੇ ਹੋ ਹਾਂਜੀ ਬੀਜੀ ਬੀਜੀ ਇੱਧਰ ਬੀਜੀ ਸਾਹਮਣੇ ਵੇਖੋ ਠੀਕ ਹੈ ਹਾਂਜੀ ਨਾਲ ਭਾਜੀ ਥੋੜਾ ਇੱਧਰ ਹੋ ਇੱਧਰ ਹੋ ਇੱਧਰ ਨੂੰ ਨਾ ਹੋ ਆ ਜਾਓ ਭਾਜੀ ਨਾਲ ਹਾਂਜੀ ਆ ਜਾਓ ਭਾਜੀ ਜੀ ਥੋੜਾ ਅੱਗੇ ਆਓ ਹਾਂਜੀ ਸਾਹਮਣੇ ਜੀ ਇੱਧਰ ਹਾਂਜੀ ਇੱਧਰ ਠੀਕ ਹੈ ਜੀ ਨਗਰ ਕੀਰਤਨ ਤੇ ਦਿਹਾੜੀ ਤੋਂ ਹੁੰਦੇ ਨਾ ਮੈਨੂੰ ਆਖਣਾ ਪਿੱਛੇ ਲੱਗ ਗਿਆ ਤੂੰ ਲੱਗ ਗਿਆ ਹਾਂਜੀ ਇੱਧਰਲੇ ਪਾਸੇ ਆ ਜਾਓ ਕਰਾ ਲਓ ਹਾਂਜੀ ਆ ਜਾਓ ਭਾਜੀ ਨਾਲ ਜੀ ਹਾਂਜੀ ਸਾਹਮਣੇ ਬੀਜੀ ਇੱਧਰ ਆ ਜਾਓ ਹਾਂਜੀ ਸਾਹਮਣੇ ਇੱਧਰ ਹਾਂਜੀ ਰੁਕੋ ਹਾਂਜੀ ਇੱਧਰ ਇੱਕ ਮਿੰਟ ਰੁਕੋ ਹਾਂਜੀ ਨਾਲ ਹਾਂਜੀ ਸਾਹਮਣੇ ਵੀਰ ਜੀ ਯੈਸ ਠੀਕ ਹੈ ਜੀ ਥੋੜਾ ਨਾਲ ਭਾਜੀ ਪਿੱਛੋਂ ਆ ਜਾਓ ਥੱਲੇ ਥੱਲੇ ਆ ਜਾਓ ਹਾਂਜੀ ਹਾਂਜੀ ਇੱਕ ਮਿੰਟ ਹਾਂਜੀ ਖਾਲਸਾ ਅੰਕਲ ਆਂਟੀ ਦੀ ਕਰ ਲਓ ਆਇਓ ਲਾਡੀ ਨੂੰ ਭੇਜਿਓ ਆਇਓ ਇੱਧਰ ਲੈ ਜੁੜੇ ਲੈ ਆਓ ਜੀ ਆ ਜਾਓ ਭਾਜੀ ਨਾਲ
ਜੀ ਹਾਂਜੀ ਸਾਹਮਣੇ ਜੀ ਬੇਟਾ ਇੱਧਰ ਵੇਖੋ ਹੈਲੋ ਹਾਂਜੀ ਠੀਕ ਹੈ ਜੀ ਇੱਧਰ ਆ ਗਿਆ ਇੱਧਰ ਕਹੋ ਭਾਜੀ ਹਾਂਜੀ ਸਭ ਤੋਂ ਛੋਟਾ ਜਿਹਾ ਹੋਰ ਸਾਹਿਬ ਹੁਣ ਕਿੱਥੇ ਆ ਤੂੰ ਹਾਂਜੀ ਇੱਕ ਮਿੰਟ ਇੱਕ ਥੋੜ੍ਹਾ ਨਾਲ ਜਾਇਓ ਜੀ ਠੀਕ ਹੈ ਸ਼ਰਦਾ ਪਾਣੀ ਸ਼ੁਕ ਹਾਂਜੀ ਹਾਂਜੀ ਥੋੜ੍ਹਾ ਇੱਧਰ ਆ ਜਾਓ ਪਿੱਛੇ ਸਪੀਕਰ ਆਉਣਾ ਨਾ ਹਾਂਜੀ ਜੀ ਥੋੜ੍ਹਾ ਅੱਗੇ ਆਓ ਹਾਂਜੀ
ਬਹੁਤ ਆਨੰਦ ਵਧੀਆ ਸਰ ਅੱਜ ਮਾਰੇ ਆ ਇੱਕ ਫੋਟੋ ਹੱਥ ਲਾ ਦਸ ਸਾਡੀ ਤੂੰ ਆ ਗਈ ਆ ਜੋ ਭੂਆ ਇਹਨਾਂ ਦੀ ਫੋਟੋ ਜੀ ਜੀ ਹਾਂਜੀ ਸਾਹਮਣੇ ਹਾਂਜੀ ਇੱਧਰ ਆ ਜਾਓ ਇੱਧਰਲੇ ਪਾਸੇ ਆ ਜਾਓ ਤੁਸੀਂ ਹਾਂਜੀ ਨਾਲ ਹੋ ਜਾਓ ਕੋਈ ਨਾ ਕੋਈ ਨਹੀਂ ਹੱਥ ਫੜਾ ਦਿਓ ਹੱਥ ਹੱਥ ਫੜਾ ਦਿਓ ਤੇ ਭੈਣੇ ਕੋਈ ਨਹੀਂ ਕੋਈ ਨਹੀਂ ਹੱਥ ਫੜਾ ਦਿਓ ਆ ਜੇਬ ਚ ਪਾ ਲਓ ਚੰਗਾ ਚੰਗਾ ਵੇਖਣਾ ਹੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਸੀਂ ਆਇਆ ਬਲਜੀਤ ਸਾਹਿਬ ਲਾ ਲਓ ਪਿੱਛੇ ਉਹ ਪਿੱਛੇ ਨਾ ਲਮਕੇ ਸਰੋਪਾ ਵੀ ਲਮਕਿਆ ਪਿੱਛੇ ਕੋਈ ਨਹੀਂ ਨਾਲ ਕਰ ਲਓ ਆਹ ਕਰ ਲਈਏ ਫੋਟੋ ਸੈੱਟ ਫੋਟੋ ਕਰ ਲਈਏ ਹਾਂਜੀ ਥੋੜ੍ਹਾ ਨਾਲ ਹਾਂਜੀ ਠੀਕ ਹੈ ਗੋਪੀ ਇੱਧਰ ਆ ਲਾਲੇ
Yeah.
ਪਾਦੋ ਪਾਦੋ ਤਾਂ ਨਹੀਂ ਮੇਰੇ ਬੈਣ ਨੂੰ ਮੇਲ ਜੀ ਵੀ ਫਿਰ ਮੰਬਾ ਗਵਾ ਵਾਲੇ ਦੇ ਨਾਂ ਦੀ ਵੀ ਉੱਠੋ ਡੈਡ ਜੀ ਪਲ ਨਿਕਾਲ ਲੈ ਬਾਬੂ ਆ ਲੈ ਹੁਣ ਜਦੋਂ ਉਹਦਾ ਉੱਠੋ ਡੈਡ ਜੀ ਇਹ ਮੈਂ ਵਧਾਈ ਲੈਣੀ ਨਾ ਗੱਲ ਸੁਣ ਕਿੰਨੇ ਮੁੰਡੇ ਤੁਹਾਡੇ ਮੇਰਾ ਹਾਂਜੀ ਮੇਰਾ ਇੱਕੋ ਹੀ ਬੇਟਾ 7.5 ਲੱਖ ਮੁੰਡਾ ਵੇਲੋ ਕਦੋਂ ਜੰਮਿਆ ਤੇ ਹੁਣ ਕਦੋਂ ਦਾ ਵਿਆਹ ਕਰਨਾ 25-26 ਸਾਲਾਂ ਬਾਅਦ ਠੀਕ ਹੈ ਫਿਰ ਮੈਂ ਆਣਾ ਵਾ ਏਦਾਂ ਨਹੀਂ ਆਣਾ ਅੱਜ ਤੁਸੀਂ ਰਿਟਾਇਰ ਹੋਏ ਤੇ ਸੁੱਖਣਾ ਮੈਂ ਆ ਗਈ ਹਾਂ ਠੀਕ ਹੈ ਨਾ ਰੱਬ ਰਾਜੀ ਰੱਖੇ ਵਾਹਿਗੁਰੂ ਤੰਦਰੁਸਤੀਆਂ ਦੇਵੇ ਇੰਨਾ ਕਦੇ ਵੀ ਰੱਖ ਰੱਖ ਭੁੱਲੋ ਡਾਕਟਰ ਨਾ ਖਾਣ ਹਕੀਮ ਨਾ ਖਾਣ ਖੁਸਰੇ ਖਾਣ ਤੇ 100-100 ਸੀਸਾਂ ਦੇਣ ਤੁਹਾਡੇ ਗੁੰਮ ਉਹਦੀ ਕਮਾਈ ਖਾਣੀ ਸਾਡੇ ਘਰੇ ਖਸਮ ਕਮਾਉਂਦੇ ਆ ਮੈਂ ਵੀ ਚਾਰ ਪ੍ਰਾਹੁਣੇ ਵੇਖ ਕੇ ਖੁਸ਼ੀ ਵੇਖ ਕੇ ਤੇ ਮੈਂ ਵੀ ਆਟਾ ਪੱਕੀ ਮੈਂ ਵੀ ਆਖਿਆ ਮੈਂ ਵੀ ਦੋ ਬੇਟਾ ਹੋਣੀ ਦੇ ਹੋਣਾ ਆ ਮੁੰਡੇ ਦੇ ਹੋਣਾ ਵਾ ਕਿ ਹੁਣ ਵਿਆਹ ਕਰੀ ਦੋ ਉਹਦਾ ਹੀ ਹੋ ਉਹਦਾ ਸਦਕਾ ਹੀ ਦੇ ਦੋ ਮੈਨੂੰ ਸਾਰੀ ਜ਼ਿੰਦਗੀ ਉਹਨੇ ਕਮਾਈ ਕੀਤੀ ਆ ਡੈਡੀ ਨੇ ਕੀਤੀ ਆ ਮੇਰੀ ਉਮਰ ਵੀ ਲੱਗਦੀ ਉਹਨਾਂ ਨੂੰ ਚਲੋ ਮੰਮੀ ਕਰਕੇ ਅਸੀਂ ਆਉਂਦੇ ਹੈ
Yeah.
ਚਾਰਜ ਹੋ ਗਿਆ 10 ਮਿੰਟ ਚੱਲ ਲਾ ਇੱਕ ਲਾ ਦੇ ਗੋਲ ਗੋਲ ਬਸ ਕਰੋ ਬਸ ਕਰੋ ਨਹੀਂ ਕੀ ਇਹ ਲਾਉਂਦੇ ਚੱਲ ਨੱਚਣ ਦੇ ਚੱਲ ਲਾ ਡਾਂਸ ਪਾਲਾ ਆਇਆ ਮੇਰੇ ਚਿਹਰਾ ਵਿੱਚੋਂ ਪੂਰੀ ਮਡੰਗਾ ਤੀਰਾ ਚੱਲ ਹੋਰ ਬੋਲਾ ਦੇ ਮਾਰੀ ਮਾਰ ਕਹਿੰਦੇ ਕਰਾ ਦਿੰਦੇ ਉਧਰ ਵੇਖੋ ਖਾਲੀ ਕਰਾ ਕੇ ਲਿਆਉਣਾ ਚਲ ਗਈ ਹਾਂਜੀ।
ਥੋੜਾ ਅੱਗੇ ਆਓ ਅੰਦਰ ਥੋੜਾ ਅੱਗੇ ਆ ਜਾਓ ਹਾਂ ਬਸ ਠੀਕ ਹੈ ਹਾਂਜੀ ਭਾਜੀ ਇਧਰ ਥੋੜਾ ਪਿੱਛੇ ਨੂੰ ਜਾਓ ਨਾਲ ਹੋ ਜਾਓ ਪ੍ਰੋਬਲਮ ਜੀ ਹਾਂਜੀ ਭਾਜੀ ਥੋੜਾ ਬੀਜੀ ਨੂੰ ਅੱਗੇ ਥੋੜਾ ਪਿੱਛੇ ਹੋ ਜਾਓ ਹਾਂ ਬਸ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਆ ਜਾਓ ਨਾਲ ਹਾਂਜੀ ਹਾਂਜੀ ਸਾਹਮਣੇ ਵੇਖਿਆ ਜੀ ਇੱਧਰ ਸਾਹਮਣੇ ਵੇਟ ਯੈਸ ਠੀਕ ਹੈ ਜੀ ਥੈਂਕ ਯੂ ਜੀ ਠੀਕ ਹੈ ਜੀ ਭੈਣ ਜੀ ਕਿੱਥੇ ਆ ਜੀਤਾ ਆ ਇਹਨਾਂ ਦੇ ਨਾਲ ਜੀ ਬਹਿਣਾ ਫੋਟੋ ਕਰ ਲਈ ਇੱਕ ਬਾਹਰ